हर साह दे नाल याद रखिए पोरा नहीं विसारी मैं पोरा नहीं विसारी मैं तेरे नाल करार जो किता तेरे नाल करार जो किता चक लेके मैं निभावानी नूरानिए तीरानिए कड़ी बिंद आके वेख ले लैन लाडले जीतो तेरे लाडले चले ने लैन लावा मां नहीं दिसदी प्यो नहीं दिसदा बस इको मां दादी बस इको मां दादी वाजे गाजे ना शहनाइयां ना ओ पोज सुआदी ना ओ पोज सुआदी मां नहीं दिसदी प्यो नहीं दिसदा बस इको मां दादी बस इको मां दादी ओ वाजे गाजे ना शहनाइयां ना ओ पोज सुवादी ना ओ पोज सुवादी ओ रखू याद भुमदी दुनिया रखू याद भुमदी दुनिया पोते जमे ब्यावानी नूरानिए तीरानिए कड़ी बिंद आके वेख ले लैन लाडले जीतो तेरे लाडले चले ने लैन लावा जीतो तेरे लाडले चले ने लैन लावा ओ हो बस इतने शब्दों की सेवा प्रवान करो समुचिय संग Thank you.
ਮਨ ਸਾਗ ਨਿਰਭਰਿਆ ਤੇਤੇ ਔਗਣ ਹਮਾਰੇ ਦਇਆ ਕਰੋ ਕਿਸ ਮਿਹਰ ਪਾਵੋ ਡੁੱਬਦੇ ਪੱਥਰ ਤਾਰੇ ਜਿਹੜਾ ਅਗਨ ਬਰਾਬਰ ਤਪੈ ਪੇਤਰ ਵਕੈ ਕਾਤੀ ਪਰਣਵਤ ਨਾਨਕ ਹੁਕਮ ਪਛਾੜੈ ਸੁਖ ਹੋਵੇ ਦਿਨ ਰਾਤ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਚ ਸਤਖੰਡ ਦੇ ਵਿੱਚ ਸ਼ਹੀਦਾਂ ਦੀ ਪਵਿੱਤਰ ਯਾਦ ਦੇ ਵਿੱਚ ਦੂਰ ਦੁਰਾਡੇ ਤੋਂ ਆ ਕੇ ਜਿੰਨੀਆਂ ਵੀ ਸੰਗਤਾਂ ਸ਼ੋਭ ਨੇਕ ਨੇ ਪੰਥ ਰਤਨ ਸਿੱਖ ਕੌਮ ਦੇ ਬੇਦ ਬਿਆਸ ਭਾਈ ਸਾਹਿਬ ਭਾਈ ਗੁਰਦਾਸ ਜੀ ਆਪ ਜੀ ਬਾਰੇ ਕਹਿੰਦੇ ਨੇ ਭਾਈ ਸਾਹਿਬ ਕਹਿੰਦੇ ਨੇ ਕਿ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ ਸਤ ਗੁਰੂ ਕੋਟ ਪੈਂਡਾ ਆਗੇ ਹੋਏ ਗੇਤ ਹੈ ਭਾਈ ਸਾਹਿਬ ਤੇ ਵਰਣਨ ਕਰਦੇ ਨੇ ਸਿੱਖ ਇੱਕ ਕਦਮ ਤੁਰਦਾ ਹੈ ਮਹਾਰਾਜ ਉਸ ਨੂੰ ਆਪਣੇ ਸਿੱਖ ਨੂੰ ਸੈਂਕੜੇ ਕੋਟ ਕਦਮ ਅੱਗੇ ਹੋ ਕੇ ਲੈਣ ਵਾਸਤੇ ਜਾਂਦੇ ਨੇ ਕਲਗੀ ਵਾਲਿਆ ਤੇਰਾ ਇਹ ਦਰ ਐਸਾ ਇੱਥੇ ਹੈਂਕੜ ਵਾਲਿਆਂ ਦੇ ਸਿਰ ਚੁੱਕ ਜਾਂਦੇ ਤੇਰੀ ਕਲਗੀ ਨੁਰਾਨੀ ਦੀ ਚੱਲ ਕੈਸੀ ਚੰਦ ਸੂਰਜ ਵੀ ਤੱਕ ਕੇ ਲੁਕ ਜਾਂਦੇ ਤੇਰੇ ਨੀਲੇ ਦੀ ਵੇਖ ਰਫਤਾਰ ਸੋਹਣੀ ਬਹਿਣ ਸਾਗਰਾਂ ਦੇ ਚੱਲਦੇ ਰੁਕ ਜਾਂਦੇ ਚਰਨ ਕਮਲਾਂ ਦੀ ਮਿਲਦੀ ਏ ਧੂੜ ਜਿਸ ਨੂੰ ਤੇ ਉਹਦੇ ਗੇੜ 84 ਦੇ ਮੁੱਕ ਜਾਂਦੇ ਇੱਕ ਵਾਰੀ ਸ਼ਹੀਦਾਂ ਨੂੰ ਸਿਰ ਝੁਕਾਓ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਦਰਸ਼ਨ ਕਰੋ ਪਿਆਰ ਨਾਲ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਬੰਧਕਾਂ ਨੇ ਸੰਗਤਾਂ ਨੇ ਕਿੰਨਾ ਵੱਡਾ ਉਪਰਾਲਾ ਕੀਤਾ ਸਿੱਖ ਕੌਮ ਦੇ ਵਿੱਚ ਪਹਿਲੀ ਵਾਰੀ ਕਿਸੇ ਢਾਡੀ ਦੀ ਯਾਦ ਨੂੰ ਤਾਜ਼ਾ ਕੀਤਾ ਗਿਆ ਡਿਕਸ਼ਨਰੀ ਦੇ ਵਿੱਚ ਢਾਡੀ ਉਸ ਨੂੰ ਕਹਿੰਦੇ ਨੇ ਜਿਹੜਾ ਪਰਮਾਤਮਾ ਦੇ ਗੁਣ ਗਾਇਨ ਕਰੇ ਉਹਦੀ ਸਿਫਤ ਸ਼ਲਾਘਾ ਕਰੇ ਮਿਸਟਰ ਟਰੰਪ ਇੱਕ ਬਾਤ ਬੜੀ ਸੁੰਦਰ ਕਹਿੰਦਾ ਹੈ ਉਹ ਕਹਿੰਦਾ ਢਾਡੀ ਵਰਗਾ ਇੰਜੈਕਸ਼ਨ ਢਾਡੀ ਵਰਗੀ ਵਾਰ ਕਿਸੇ ਧਰਮ ਕੋਲ ਨਹੀਂ ਇਹ ਸਿੱਖ ਧਰਮ ਦੇ ਕੋਲ ਹੈ ਢਾਡੀਆਂ ਨੂੰ ਸਨਮਾਨ ਦਿੱਤਾ ਜੀ ਨੇ ਸਾਹਿਬ ਸ੍ਰੀ ਗੁਰੂ ਗੋਬਿੰਦ ਹਰਗੋਬਿੰਦ ਸਾਹਿਬ ਨੇ ਕਿਹਾ ਬੀਬੀ ਚੰਦ ਜੀ ਮੇਰੇ ਢਾਡੀਆਂ ਨੂੰ ਸੋਨੇ ਦੀ ਢੱਡਾ ਦੇ ਦਿਓ ਜਿਸ ਕੌਮ ਦਾ ਪ੍ਰਚਾਰ ਖੁਸ਼ਹਾਲ ਹੈ ਨਾ ਉਹ ਕੌਮ ਕਦੇ ਹਾਰ ਨਹੀਂ ਸਕਦੀ ਉਹਦਾ ਇਤਿਹਾਸ ਚੜ੍ਹਦੀ ਕਲਾ ਚ ਜਾਏਗਾ ਤੇ ਜਿਹਦਾ ਪ੍ਰਚਾਰ ਕੀ ਆਰਥਿਕ ਤੌਰ ਤੇ ਕਮਜ਼ੋਰ ਹੈ ਮਾਇਕ ਤੌਰ ਤੇ ਕਮਜ਼ੋਰ ਹੈ ਉਹ ਆਪਣੀ ਬਾਤ ਕੀ ਕਰੇਗਾ ਸਤਿਗੁਰ ਨੇ ਕਿਹਾ ਮੇਰੇ ਢਾਡੀਆਂ ਨੂੰ ਸੋਨੇ ਦੀ ਢੱਡਾ ਦੇ ਦਿਓ ਹਾਥੀ ਤੇ ਚੜ੍ਹ ਕੇ ਆ ਕਰਨਗੇ ਹਾਥੀ ਉਸ ਵਕਤ ਮਹਾਰਾਜਿਆਂ ਕੋਲ ਰਾਜਿਆਂ ਕੋਲ ਹੁੰਦੇ ਸਨ ਬਖਸ਼ ਕੀਤੀ ਸਤਿਗੁਰ ਜੀ ਨੇ ਆਪਣੀ ਮਨ ਬਿਰਤੀ ਆ ਦਮਦਮਾ ਸਾਹਿਬ ਦੀ ਪਵਿੱਤਰ ਧਰਤੀ ਤੇ ਲੈ ਚੱਲੋ ਮਨ ਤੁਹਾਡਾ ਅੱਜ ਦਮਦਮਾ ਸਾਹਿਬ ਤੋਂ ਦਿੱਲੀ ਦਿੱਲੀ ਤੋਂ ਆਗਰਾ ਆਗਰੇ ਤੋਂ ਸੁਲਤਾਨ ਬਾਗ ਉੱਥੋਂ ਜੈਜੂ ਦੀ ਜੰਗ ਫਿਰ ਆਗਰਾ ਲੈ ਕੇ ਜਾਣਾ ਹੈ ਤਾਂ ਕਿ ਸਾਡੀ ਬਿਰਤੀ ਬਣੀ ਰਹੇ ਬੁੱਲੇ ਸ਼ਾਹ ਕਹਿੰਦਾ ਹੈ ਉਹ ਕਹਿੰਦਾ ਬੁੱਲਿਆ ਮਨ ਦਾ ਕੀ ਸਮਝਾਉਣਾ ਇੱਧਰੋਂ ਕੁੱਟਣਾ ਤੇ ਇੱਧਰ ਲਾਉਣਾ ਦਮਦਮਾ ਸਾਹਿਬ ਕਿਉਂ ਕਹਿੰਦੇ ਨੇ ਉਹ ਆਪ ਜੀ ਨੇ ਮੇਰੇ ਪਰਮ ਮਿੱਤਰ ਵੀ ਐਵੇਂ ਸਾਹਿਬ ਤੋਂ ਸੁਣਿਆ ਸੀ ਕਿ ਸਤਿਗੁਰੂ ਜੀ ਨੇ ਜੰਗਲ ਲੜ ਕੇ ਉੱਥੇ ਸਾਹ ਲਿਆ ਉੱਥੇ ਦਮ ਲਿਆ ਉਹਨੂੰ ਦਮਦਮਾ ਕਹਿੰਦੇ ਨੇ ਉਹਨੂੰ ਗੁਰੂ ਕੀ ਕਾਸ਼ੀ ਵੀ ਕਹਿੰਦੇ ਨੇ ਉਹਨੂੰ ਸਾਬੋ ਕੀ ਤਲਵੰਡੀ ਵੀ ਕਹਿੰਦੇ ਨੇ ਇਹਦੇ ਕਈ ਨਾਂ ਨੇ ਆਪਾਂ ਆਗਰੇ ਪਹੁੰਚਣਾ ਜਰਾ ਸਤਿਗੁਰੂ ਜੀ ਨੇ ਕਿਹਾ ਮਨੀ ਸਿੰਘ ਜੀ ਔਰ ਕਮਰ ਕਸਾ ਵੀ ਸਤਿਗੁਰ ਨੇ ਜੰਗਾਂ ਯੁੱਧਾਂ ਦਾ ਇਸ ਧਰਤੀ ਤੇ ਖੋਲਿਆ ਹਜ਼ੂਰ ਨੇ ਕਿਹਾ ਮਨੀ ਸਿੰਘ
ਪਾਰਟੀ 1973 ਦੇ ਵਿੱਚ ਤਰਨਤਾਰਨ ਸਾਹਿਬ ਦੇ ਕੋਲ ਕੱਕਾ ਕੰਡਿਆਲਾ ਹੋਈ ਸੀ ਉਹ ਮਹਿਮਾਨ ਨਵਾਜ਼ੀ ਬੜੀ ਸੁੰਦਰ ਕਰਦੇ ਨੇ ਮੈਂ ਬਹੁਤ ਧੰਨਵਾਦੀ ਹਾਂ 28 ਸਾਲ ਹੋ ਗਏ ਇਹ ਗੱਲ ਯਾਦ ਰੱਖਣਾ ਕਿ ਜਦੋਂ ਦੁਨੀਆ ਤੋਂ ਪਿਆਰ ਸ਼ਬਦ ਖਤਮ ਹੋ ਗਿਆ ਦੁਨੀਆ ਤੇ ਜਦ ਪਰਲੋ ਆ ਜਾਏਗੀ ਪਿਆਰ ਹੀ ਰੱਬ ਹੈ ਪਿਆਰ ਹੀ ਧਰਮ ਹੈ ਪਿਆਰ ਹੀ ਜ਼ਿੰਦਗੀ ਹੈ ਪਿਆਰ ਹੀ ਸੁੱਖ ਹੈ ਤਾਂ ਹੀ ਤੇ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਸਾਚ ਕਹੂੰ ਸੋ ਲਿਓ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਏ ਟਰੰਪ ਨੇ ਇੱਕ ਬਾਤ ਕਹੀ ਮੈਂ ਗਾਲਫ ਕਹਿੰਦਾ ਹੈ ਕਿ ਦਮਦਮੇ ਦੀ ਧਰਤੀ ਤੇ 80,000 ਸਿੰਘਾਂ ਨੇ ਫੇਰ ਅੰਮ੍ਰਿਤ ਪਾਨ ਕੀਤਾ 80,000 ਤੇ ਟਰੰਪ ਕਹਿੰਦਾ 1,20,000 ਮਰਜੀਵੜੇ ਹੋਰ ਤਿਆਰ ਹੋ ਗਏ ਪਹਿਲੀ ਚਿੱਠੀ ਸਤਿਗੁਰ ਜੀ ਤੋਂ ਕੋਲੋਂ ਲੈ ਕੇ ਭਾਈ ਦਇਆ ਸਿੰਘ ਔਰੰਗਜ਼ੇਬ ਨੂੰ ਮਿਲਿਆ ਦੂਜੀ ਚਿੱਠੀ ਸਤਿਗੁਰ ਨੇ ਜਿਹੜੀ ਵਿਸ਼ਵ ਦੇ ਵਿੱਚ ਪ੍ਰਸਿੱਧ ਹੈ ਫਤਿਹਨਾਮਾ ਫਾਰਸੀ ਦੀ ਚਿੱਠੀ ਹੈ ਫਾਰਸੀ ਚ ਫਤਿਹਨਾਮੇ ਨੂੰ ਨਾ ਜਫਰਨਾਮਾ ਕਹਿੰਦੇ ਨੇ ਇੰਨੀ ਕਮਾਲ ਚਿੱਠੀ ਨਾ ਕੋਈ ਲਿਖ ਸਕਿਆ ਔਰ ਨਾ ਕੋਈ ਲਿਖੇਗਾ ਤੇ ਨਾ ਕਿਸੇ ਨੇ ਲਿਖੀ ਦਇਆ ਸਿੰਘ ਜੀ ਔਰੰਗਾਬਾਦ ਔਰੰਗਜ਼ੇਬ ਕੋਲ ਲੈ ਕੇ ਗਏ ਨਾ ਜਦੋਂ ਚਿੱਠੀ ਦੂਜੀ ਚਿੱਠੀ ਧਿਆਨ ਦੇਣਾ ਜਰਾ ਔਰੰਗਜ਼ੇਬ ਮੰਜੇ ਤੇ ਬਿਮਾਰ ਪਿਆ ਸੀ ਉਹਦੀ ਜੋਤ ਬੁਝਦੀ ਜਾ ਰਹੀ ਸੀ ਉਹਦੇ ਪਾਪਾਂ ਦੀ ਤਸਵੀਰ ਉਹਦੇ ਸਾਹਮਣੇ ਖਲੋਤੀ ਸੀ ਇਹ ਗੱਲ ਧਿਆਨ ਦਿਓ 1658 ਦੇ ਵਿੱਚ 19 ਜੂਨ ਨੂੰ ਉਹ ਤਖ਼ਤ ਤੇ ਬੈਠਿਆ ਸੀ 1658 ਅਤੇ 19 ਜੂਨ ਨੂੰ ਅਸੀਂ ਬਾਤ ਜੂਨ ਤੋਂ ਸ਼ੁਰੂ ਕਰਨੀ ਹੈ ਅਤੇ ਜੂਨ ਤੇ ਜਾ ਕੇ ਸਮਾਪਤ ਕਰ ਦੇਣੀ ਹੈ ਜੱਜੇ ਤੋਂ ਸ਼ੁਰੂ ਕਰਨੀ ਜੱਜੇ ਤੋਂ ਸਮਾਪਤ ਕਰ ਦੇਣੀ ਦੂਜੀ ਚਿੱਠੀ ਲੈ ਕੇ ਜਦੋਂ ਦਇਆ ਸਿੰਘ ਪੁੱਜਾ ਨਾ ਔਰੰਗਜ਼ੇਬ ਨੇ ਕਿਹਾ ਦਇਆ ਸਿੰਘ ਜੀ ਇੰਨੀ ਜਲਦੀ ਵੀ ਕੀ ਸੀ ਹੁਣ ਤੇ ਤੁਸੀਂ ਚਿੱਠੀ ਦੇ ਕੇ ਗਏ ਸੋ ਇੰਨੀ ਜਲਦੀ ਫੇਰ ਆ ਗਏ ਹੋ ਦਇਆ ਸਿੰਘ ਨੇ ਆਖਿਆ ਔਰੰਗਜ਼ੇਬ ਜਲਦੀ ਉਹਨੇ ਕਿਹਾ ਹਾਂ ਸਿੰਘ ਸਾਹਿਬ ਭਾਈ ਦਇਆ ਸਿੰਘ ਕਹਿਣ ਲੱਗੇ ਮੈਂ ਇਸ ਕਰਕੇ ਜਲਦੀ ਆਇਆ ਕਿ ਤੇਰੀ ਜਲਦੀ ਹੈ ਔਰੰਗਜ਼ੇਬ ਮੈਨੂੰ ਗੁਰੂ ਨੇ ਇਸ ਕਰਕੇ ਭੇਜਿਆ ਤੇਰੀ ਜਲਦੀ ਹੈ ਮਤਲਬ ਤੂੰ ਦੁਨੀਆ ਤੋਂ ਜਲਦੀ ਜਾਣ ਵਾਲਾ ਹੈ ਉਹਨੇ ਸਿੰਘਾਂ ਨੂੰ ਤੋਹਫੇ ਵੀ ਦਿੱਤੇ ਉਹਨੇ ਚਿੱਠੀ ਪੜ੍ਹੀ ਗੁਰੂ ਗੋਬਿੰਦ ਸਿੰਘ ਜੀ ਨੇ ਜਫਰਨਾਮੇ 'ਚ ਜੋ ਕੁਝ ਲਿਖਿਆ ਉਹ ਧਿਆਨ ਦੇਣਾ ਹਜ਼ੂਰ ਕਹਿਣਗੇ ਔਰੰਗਜ਼ੇਬ ਤੇਰੀ ਕਸਮ ਝੂਠੀ ਤੇਰੀ ਸਰਕਾਰ ਝੂਠੀ ਤੇਰੇ ਵਾਅਦੇ ਝੂਠੇ ਤੇਰਾ ਕਾਨੂੰਨ ਝੂਠਾ ਇਹ ਗੱਲ ਯਾਦ ਰੱਖਣਾ ਕਿ ਜਿਹੜਾ ਬੰਦਾ ਆਪਣੇ ਧਰਮ ਦੀ ਕਸਮ ਖਾਵੇ ਨਾ ਉਸ ਬੰਦੇ ਦਾ ਕਦੇ ਇਤਬਾਰ ਨਹੀਂ ਕਰਨਾ ਚਾਹੀਦਾ ਜਿਹੜਾ ਬੰਦਾ ਆਪਣੇ ਧਰਮ ਦੀ ਕਸਮ ਖਾਵੇ ਉਹਦਾ ਕਦੇ ਇਤਬਾਰ ਨਹੀਂ ਕਰਨਾ ਚਾਹੀਦਾ ਕਈ ਬੰਦੇ ਧਰਮ ਦੀ ਸਹੁੰ ਖਾਣਗੇ ਸਹੁੰ ਗੁਰਦੁਆਰੇ ਦੀ ਸਹੁੰ ਮਹਾਰਾਜ ਦੀ ਸਹੁੰ ਭਾਈ ਜੀ ਦੀ ਸਹੁੰ ਰਾਗੀਆਂ ਦੀ ਸਹੁੰ ਕਥਾਵਾਚਕਾਂ ਦੀ ਸਹੁੰ ਪ੍ਰਬੰਧਕਾਂ ਦੀ ਕਦੇ ਗੁਰਦੁਆਰੇ ਆਉਣਾ ਨਾ ਜਾਣਾ ਕੋਲ ਦੀ ਨਾ ਲੰਘਣਾ ਸਹੁੰ ਗੁਰਦੁਆਰੇ ਦੀ ਖਾਣੀ ਧਰਮ ਦੀ ਖਾਣੀ ਧਰਮ ਇੰਨਾ ਸਸਤਾ ਹੈ ਕੋਈ ਧਰਮ ਕੋਈ ਮੋਮਬੱਤੀ ਹੈ ਧਰਮ ਕੋਈ ਖਰੀਦਿਆ ਜਾਂਦਾ ਧਰਮ ਕੋਈ ਇੰਨੀ ਸਸਤੀ ਚੀਜ਼ ਹੈ ਇੱਕ ਚਾਹ ਦੀ ਪਿਆਲੀ ਪਿੱਛੇ 50 ਵਾਰੀ ਧਰਮ ਦੀ ਕਸਮ ਖਾਣਗੇ ਹਜ਼ੂਰ ਕਹਿੰਦੇ ਜਿਹੜਾ ਬੰਦਾ ਆਪਣੇ ਧਰਮ ਦੀ ਕਸਮ ਖਾਵੇ ਨਾ ਉਹਦਾ ਕਦੇ ਇਤਬਾਰ ਨਹੀਂ ਕਰਨਾ ਚਾਹੀਦਾ ਦਇਆ ਸਿੰਘ ਵਾਪਸ ਆ ਗਿਆ ਇਹਨੇ ਚਿੱਠੀ ਪੜ੍ਹੀ ਇੱਕ ਗੱਲ ਵੇਖਿਓ ਜਰਾ ਜਿਹਦੇ ਕੋਲ ਤਾਜ ਅਤੇ ਰਾਜ ਜਿਹਦੇ ਕੋਲ ਖਜ਼ਾਨਾ
ਸ਼ਾਹ ਮੰਨਣ ਦਾ ਕੋਈ ਅਧਿਕਾਰ ਨਹੀਂ। ਰਾਜਾ ਬਣਨਾ ਬੜਾ ਵੱਡਾ ਪਾਪ ਹੈ। ਉਹ 11 ਚਿੱਠੀਆਂ 'ਚ ਨਿੰਦਾ ਕਰਦਾ ਜਿਹਦੇ ਕੋਲ ਸਭ ਕੁਝ ਹੈ, ਉਹ ਤੇ ਕਹਿੰਦਾ ਮੇਰੇ ਵਰਗਾ ਪਾਪੀ ਨਹੀਂ। ਦੁਨੀਆਂ ਦੀ ਨਿਗਾਹ ਦੇ ਵਿੱਚ ਜਿਹਦੇ ਕੋਲ ਨਾ ਪੁੱਤਰ ਨੇ, ਨਾ ਮਾਤਾ ਹੈ, ਨਾ ਪਿਤਾ ਹੈ, ਨਾ ਰਾਜਧਾਨੀ ਹੈ, ਨਾ ਫੌਜ ਹੈ, ਨਾ ਅਨੰਦਪੁਰੀ ਹੈ, ਨਾ ਕੇਸਗੜ੍ਹ ਹੈ, ਕੁਝ ਵੀ ਨਹੀਂ, ਤੇ ਉਹ ਚੜ੍ਹਦੀ ਕਲਾ ਦੇ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ। ਔਰੰਗਜ਼ੇਬ ਦੀ ਮੌਤ ਹੋ ਗਈ। ਜਿਵੇਂ ਔਰੰਗਜ਼ੇਬ ਨੇ ਤਖ਼ਤ ਸੰਭਾਲਿਆ ਸੀ ਨਾ, ਆਪਣੇ ਭਰਾਵਾਂ ਦਾ ਖੂਨ ਡੋਲ ਕੇ, ਆਪਣੇ ਪਿਓ ਦਾ ਖੂਨ ਡੋਲ ਕੇ, ਸ਼ਰਮਨ ਫਕੀਰ ਦਾ ਖੂਨ ਡੋਲ ਕੇ, ਨੌਵੇਂ ਗੁਰੂ ਦਾ ਖੂਨ ਡੋਲ ਕੇ, ਆਪਣੇ ਭਤੀਜਾ ਨੂੰ ਕਤਲ ਕਰਕੇ, ਆਪਣੇ ਪਿਓ ਦੀ ਮਿੱਟੀ ਆਪਣੇ ਭਰਾਵਾਂ ਦੇ ਖੂਨ ਨਾਲ ਗੁੰਨ ਕੇ ਜਿਵੇਂ ਗੱਦੀ ਤੇ ਬੈਠਿਆ ਸੀ ਨਾ, ਕਹਿੰਦੇ ਜਿਹੜੀ ਗੱਦੀ ਕਤਲੋ ਕਾਤ ਨਾਲ ਲਈ ਜਾਏ ਉਸ ਰਾਜ ਕਦੇ ਸ਼ਾਂਤੀ ਨਹੀਂ ਹੋਇਆ ਕਰਦੀ। ਉਹ ਤਪਦੀ ਰਹਿੰਦੀ ਹੈ ਧਰਤੀ ਮਾਂ ਦੀ ਹਿਕੜੀ ਦੇ ਉੱਤੇ। ਜਦੋਂ ਖੂਨ ਡੁੱਲ ਜਾਏ ਨਾ, ਧਰਤੀ ਮਾਂ ਦੀ ਹਿਕੜੀ ਤੇ ਫਿਰ ਛਾਲੇ ਪਾ ਦਿਆ ਕਰਦਾ। ਔਰੰਗਜ਼ੇਬ ਦੀ ਮੌਤ ਹੋਈ, ਉਹਦਾ ਬੇਟਾ ਬਹਾਦਰ ਸ਼ਾਹ ਸਮਰੋਹ ਦੇ ਵਿੱਚ ਉਹਨੂੰ ਪਤਾ ਲੱਗਿਆ ਕਿ ਮੇਰੇ ਅੱਬਾ ਜਾਨ ਦੀ ਮੌਤ ਹੋ ਗਈ। ਉਹ ਮਈ ਦੇ ਮਹੀਨੇ ਤੁਰਿਆ। ਧਿਆਨ ਦਿਓ ਜਰਾ, 3 ਮਈ ਨੂੰ ਬਹਾਦਰ ਸ਼ਾਹ ਬੜੀ ਜਲਦੀ ਜਲਦੀ ਜਮਰੋਦ ਤੋਂ ਤੁਰਿਆ। ਉਹਨੇ ਰਾਵੀ ਪਾਰ ਕੀਤੀ, ਉਹ ਲਾਹੌਰ ਆ ਗਿਆ, 2 ਦਿਨ ਰਿਹਾ। 11 ਮਈ ਨੂੰ ਉਹਨੇ ਸਤਲੁਜ ਪਾਰ ਕੀਤਾ 1707 ਈਸਵੀ ਨੂੰ। ਉਹਨੂੰ ਪਤਾ ਲੱਗਿਆ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਮਾਲਵੇ 'ਚ ਵਿਚਰ ਰਹੇ ਨੇ। ਉਹਨੇ ਗੁਰੂ ਨਾਨਕ ਦੇਵ ਸਿੱਖ ਲੱਭਿਆ, ਭਾਈ ਨੰਦ ਲਾਲ ਜੀ ਨੂੰ ਮੁਲਤਾਨ ਤੋਂ ਸਪੈਸ਼ਲ ਬੁਲਾਇਆ। ਆਖਿਆ, ਨੰਦ ਲਾਲ ਜੀ ਮੇਰੀ ਇਮਦਾਦ ਕਰੋ, ਮੇਰੇ ਬਾਰੇ ਕੰਗੀ ਵਾਲੇ ਨੂੰ ਆਖੋ ਉਹ ਮੈਨੂੰ ਤਖ਼ਤ ਦਵਾਵੇ, ਮੈਨੂੰ ਗੱਦੀ ਤੇ ਬਿਠਾਵੇ, ਮੇਰੀ ਸੁਲਾਹ ਕਰਾਓ। ਗੁਨਾਹ ਮੇਰੇ ਅੱਬਾ ਜਾਨ ਨੇ ਕੀਤਾ, ਮੇਰੇ ਪਿਓ ਨੇ ਕੀਤਾ, ਮੈਂ ਨਹੀਂ ਕੀਤਾ। ਕਹਿੰਦੇ ਮੁਲਤਾਨ ਤੋਂ ਭਾਈ ਨੰਦ ਲਾਲ ਜੀ ਨੂੰ ਲਿਆਂਦਾ ਗਿਆ। 11 ਮਈ 1707 ਈਸਵੀ ਨੂੰ ਦੂਜੀ ਮੁਲਾਕਾਤ ਸਤਲੁਜ ਦੇ ਕੰਢੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਨਾਲ ਬਹਾਦਰ ਸ਼ਾਹ ਦੀ ਹੋਈ। ਕਹਿੰਦੇ ਬਹਾਦਰ ਸ਼ਾਹ ਉੱਠਿਆ ਆਪਣੇ ਕੈਂਪ ਦੇ ਵਿੱਚੋਂ। ਉਹਨੂੰ ਪਤਾ ਲੱਗਿਆ ਹਿੰਦੇ ਪੀਰ ਮਰਦੇ ਕਾਮਲ ਪੂਰਨ ਮਨੁੱਖ ਬਾਜਾ ਵਾਲਾ ਸਤਿਗੁਰੂ ਗੁਰੂ ਗੋਬਿੰਦ ਸਿੰਘ ਆ ਰਿਹਾ। ਆਪਣੇ ਕੈਂਪ ਚੋਂ ਉੱਠਿਆ, ਅੱਗੇ ਵਧਿਆ, ਇਹਨੇ ਮੱਥਾ ਟੇਕਿਆ, ਨਮਸਕਾਰ ਕੀਤੀ, ਚਰਨਾਂ ਦੇ ਸੀ ਝੁਕਾਇਆ। ਬਹਾਦਰ ਸ਼ਾਹ ਨੇ ਨਾ ਗੁਰੂ ਗੋਬਿੰਦ ਸਿੰਘ ਜੀ ਨੂੰ ਆਪਣੀ ਇਮਦਾਦ ਬਾਰੇ, ਆਪਣੀ ਹੈਲਪ ਬਾਰੇ, ਆਪਣੇ ਤਖ਼ਤ ਬਾਰੇ ਜੋ ਕੁਝ ਬਿਨੈ ਕੀਤੀ, ਜੋ ਕੁਝ ਬੇਨਤੀ ਕੀਤੀ, ਜੋ ਅਰਜ਼ ਕੀਤੀ, ਉਸ ਵਾਕੇ ਨੂੰ ਢਾਡੀ ਜਿੱਥੇ ਪਾਸੋਂ ਸੁਣਨਾ।
ਦੇਣ ਨਹੀਂ ਆਉਂਦੇ ਗੁਰੂ ਤੋਂ ਲੈਣ ਆਉਂਦੇ ਆ ਦੇਣ ਨਹੀਂ ਆਉਂਦੇ ਲੈਣ ਆਉਂਦੇ ਆ ਮਹਾਰਾਜ ਕਹਿੰਦੇ ਹਾਂ ਭੀਖਤ ਭੇਖਾਰੀ ਤੇਰੇ ਤੋਂ ਨਿਜਬਤ ਹੈ ਦਾਤਾ ਦਾਤੇ ਨੂੰ ਕੀ ਦੇਣਾ ਹੈ ਦਾਤੇ ਨੂੰ ਅਰਦਾਸ ਕਰਨੀ ਹੈ ਕਿ ਮੇਰਾ ਮੁਝ ਮੈਂ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਤੇਰਾ ਤੁਝ ਕੋ ਸੌਂਪ ਦੇ ਕਿਆ ਲਾਗੈ ਮੇਰਾ ਬਹਾਦਰ ਸ਼ਾਹ ਨੇ ਬਿਨੈ ਕੀਤੀ ਵਕਤ ਵਿਚਾਰੇ ਸੋ ਬੰਦਾ ਹੋਏ ਸਿਆਣੇ ਕਹਿੰਦੇ ਨੇ ਕਿ ਜੈਸਾ ਦੇਸ ਵੈਸਾ ਭੇਸ ਤੇ ਲੁੰਗੀ ਤੇ ਮੋਢੇ ਖੇਸ ਜਿਹੜਾ ਬੰਦਾ ਵਕਤ ਦੀ ਚਾਲ ਨਹੀਂ ਪਛਾੜ ਸਕਦਾ ਉਹ ਰਾਜਨੀਤੀ ਚ ਫੇਲ ਹੋ ਗਿਆ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਬੜੇ ਵੱਡੇ ਰਾਜਨੀਤਿਕ ਵੀ ਸਨ ਉਹਨਾਂ ਵਰਗਾ ਸੰਤ ਉਹਨਾਂ ਵਰਗਾ ਸਿਪਾਹੀ ਉਹਨਾਂ ਵਰਗਾ ਦਾਨੀ ਨਾ ਦੁਨੀਆਂ ਤੇ ਹੋਇਆ ਔਰ ਨਾ ਕੋਈ ਹੋਵੇਗਾ ਬਾਦਸ਼ਾਹ ਨੇ ਆਖਿਆ ਸਤਿਗੁਰਾਂ ਮੈਂ ਬੇਵੱਸਾਂ ਮੈਨੂੰ ਪਤਾ ਹੈ ਤੁਹਾਡੇ ਪਰਿਵਾਰ ਨਾਲ ਜੋ ਬੀਤਿਆ ਕਹਿੰਦੇ ਬਾਦਸ਼ਾਹ ਇੱਕ ਵਾਰੀ ਫੜਿਆ ਗਿਆ ਉਹਨੇ ਉਦੋਂ ਵੀ ਬੇਨਤੀ ਕੀਤੀ ਸੀ ਮੇਰੀ ਇਮਦਾਦ ਕਰੋ ਪੰਜਾਬ ਦਾ ਗਵਰਨਰ ਪਿਓ ਨੇ ਬਣਾਉਣਾ ਚਾਹਿਆ ਨਹੀਂ ਬਣਿਆ ਹਜ਼ੂਰ ਕਹਿ ਲਗੇ ਬਹਾਦਰ ਸ਼ਾਹ ਸੇਠ ਠੀਕ ਹੈ ਬਿਲਕੁਲ ਠੀਕ ਹੈ ਹੋਰ ਠੀਕ ਠਾਕ ਹੈ ਉਹਨੇ ਆਖਿਆ ਸਤਿਗੁਰਾਂ ਹੋਰ ਤੇ ਬੜਾ ਕੁਝ ਠੀਕ ਹੈ ਪਰ ਮੈਂ ਚਾਹੁੰਦਾ ਕਿ ਦਿੱਲੀ ਤਖਤ ਦਾ ਬਾਦਸ਼ਾਹ ਤੁਹਾਡਾ ਸੇਵਾਦਾਰ ਬਹਾਦਰ ਸ਼ਾਹ ਬਣੇ ਸਤਿਗੁਰ ਵੀ ਚਾਹੁੰਦੇ ਨੇ ਕਿ ਉਹਨਾਂ ਲੋਕਾਂ ਦੇ ਕੋਲੋਂ ਬਦਲਾ ਲੈਣਾ ਜਿਹਨਾਂ ਮੇਰੇ ਲੋਕਾਂ ਨੇ ਪੰਜਾਬ ਦੀ ਧਰਤੀ ਤੇ ਹਿੰਦੁਸਤਾਨ ਦੀ ਧਰਤੀ ਤੇ ਬੇਦੋਸ਼ਾਂ ਦਾ ਖੂਨ ਡੋਲਿਆ ਬਹਾਦਰ ਸ਼ਾਹ ਕਹਿੰਦਾ ਰਿਹਾ ਕਹਿੰਦਾ ਰਿਹਾ ਕਹਿੰਦਾ ਰਿਹਾ ਕਹਿੰਦਾ ਰਿਹਾ ਕਹਿੰਦਾ ਰਿਹਾ ਗੋਲ ਖਲੋਤੇ ਨੇ ਭਾਈ ਨੰਦ ਲਾਲ ਜੀ ਨੰਦ ਲਾਲ ਨੇ ਆਖਿਆ ਸਤਿਗੁਰਾਂ ਬੇਨਤੀ ਦਾ ਫਰਮਾਨ ਹੈ ਇੱਕ ਦੁਸ਼ਮਣ ਨੂੰ ਢਾ ਕੇ ਦੂਜੇ ਨਾਲ ਯਾਰੀ ਕੱਢ ਲੈਣੀ ਮਿੱਤਰਤਾ ਪਾ ਲੈਣੀ ਇਹ ਰਾਜਨੀਤੀ ਕਹਿੰਦੀ ਹਜ਼ੂਰ ਕਹਿੰਦੇ ਨੰਦ ਲਾਲ ਜੀ ਮੈਂ ਬਿਲਕੁਲ ਸਮਝਣਾ ਵਾ ਪਰ ਬਾਦਸ਼ਾਹ ਤੂੰ ਗੱਦੀ ਤੇ ਬੈਠ ਕੇ ਕਰੇਗਾ ਕੀ ਉਹਨੇ ਆਖਿਆ ਹਜ਼ੂਰ ਸਭ ਤੋਂ ਪਹਿਲਾਂ ਮੈਨੂੰ ਤਖ਼ਤ ਦਵਾ ਦਿਓ ਮੈਨੂੰ ਗੱਦੀ ਤੇ ਬਿਠਾ ਦਿਓ ਆਪ ਦੇ ਹੁਕਮ ਦੇ ਨਾਲ ਸਭ ਤੋਂ ਪਹਿਲਾਂ ਜਿਹੜੀ ਸੰਧੀ ਹੋਵੇਗੀ ਜਿਹੜਾ ਮੇਜਰ ਨਾਮਾ ਲਿਖਿਆ ਜਾਏਗਾ ਉਹ ਆਪ ਜੀ ਦੇ ਹੁਕਮ ਦੇ ਨਾਲ ਆਪ ਦੀ ਕਿਰਪਾ ਦੇ ਨਾਲ ਆਪ ਦੀ ਮਿਹਰ ਨਾਲ ਲਿਖਿਆ ਜਾਏਗਾ ਹਜ਼ੂਰ ਨੇ ਉਸੇ ਟਾਈਮ ਭਾਈ ਧਰਮ ਸਿੰਘ ਭਾਈ ਕੁਲਦੀਪ ਸਿੰਘ ਭਾਈ ਮਾਨ ਸਿੰਘ ਤੇ ਭਾਈ ਈਸਾ ਖਾਨ ਇੱਕ ਮੁਸਲਮਾਨ ਹੈ ਸਤਿਗੁਰ ਦੀ ਫੌਜਾਂ ਦੇ ਵਿੱਚ ਇਹ ਲੱਖੀ ਜੰਗਲ ਦਾ ਰਹਿਣ ਵਾਲਾ ਹੈ ਗੁਰੂ ਸਤਿਗੁਰੂ ਜੀ ਨੇ ਭਾਈ ਮਾਨ ਸਿੰਘ ਭਾਈ ਧਰਮ ਸਿੰਘ ਭਾਈ ਕੁਲਦੀਪ ਸਿੰਘ ਭਾਈ ਈਸਾ ਖਾਨ ਨੂੰ ਕੋਲ ਸੱਦ ਕੇ ਬਹਾਦਰ ਸ਼ਾਹ ਦੀ ਇਮਦਾਦ ਵਾਸਤੇ ਜੋ ਵਰਣ ਕੀਤਾ ਕਹਿਣ ਕੇ ਧਰਮ ਸਿੰਘ ਜੀ ਭਾਈ ਈਸਾ ਖਾਨ ਜੀ ਭਾਈ ਮਾਨ ਸਿੰਘ ਜੀ ਭਾਈ ਕੁਲਦੀਪ ਸਿੰਘ ਜੀ ਬਹਾਦਰ ਸ਼ਾਹ ਆਇਆ ਖਾਲਸੇ ਦੀ ਸ਼ਰਨ ਇਹ ਗੱਲ ਹੋਰ ਸੁਣ ਲਾ ਖਾਲਸੇ ਕੋਲ ਕੋਈ ਆ ਕੇ ਮਾਫ਼ੀ ਮੰਗ ਲਵੇ ਨਾ ਖਾਲਸਾ ਮਾਫ਼ ਕਰ ਦਿੰਦਾ ਇਹਦਾ ਦਿਲ ਬੜਾ ਨਰਮ ਜੇ ਇਹ ਗੱਲ ਯਾਦ ਰੱਖਣਾ ਖਾਲਸੇ ਨੂੰ ਇੱਕ ਵਾਰੀ ਕੋਈ ਆ ਕੇ ਕਹਿ ਦੇ ਭਾਈ ਸਾਹਿਬ ਮੇਰੇ ਕੋਲੋਂ ਗਲਤੀ ਹੋ ਗਈ ਮੈਨੂੰ ਆਪਣੇ ਚਰਨਾਂ 'ਚ ਲਾ ਲਓ ਉਸੇ ਟਾਈਮ ਇੰਨਾ ਮੋਹ ਬਣ ਜਾਂਦਾ ਹੈ ਵੱਡੇ ਵੱਡੇ ਦੁਸ਼ਮਣਾਂ ਨੂੰ ਬਖਸ਼ ਦਿੰਦਾ ਹੈ ਇਹ ਗੱਲ ਯਾਦ ਕਰਨਾ ਰਸ਼ੀਆ ਨੇ ਕਿਹਾ ਸੀ ਇੰਦਰਾ ਗਾਂਧੀ ਨੂੰ ਆਖਿਆ ਸੀ ਇੰਦਰਾ ਤੂੰ ਬੜਾ ਮਾੜਾ ਕੀਤਾ ਇਹ ਕੰਮ ਇਹ ਲੋਕ ਉੱਥੇ ਚਲੇ ਜਾਂਦੇ ਨੇ ਜਿੱਥੇ ਕੋਈ ਦੁਨੀਆਂ ਦੀ ਸ਼ਕਤੀ ਨਹੀਂ ਜਾ ਸਕਦੀ ਡਰ ਕੇ ਰਹਿਣ ਇੰਦਰਾ ਤੂੰ ਬੜਾ ਮਾੜਾ ਕੀਤਾ ਇਹ ਲੋਕ ਉੱਥੇ ਚਲੇ ਜਾਂਦੇ ਨੇ ਜਿੱਥੇ ਹਵਾ ਵੀ ਨਹੀਂ ਜਾ ਸਕਦੀ ਕੀੜੀ ਵੀ ਨਹੀਂ ਲੰਘ ਸਕਦੀ ਇਹ ਸੱਤ ਸਮੁੰਦਰ ਪਾਰ ਵੀ ਚਲੇ ਜਾਂਦੇ ਨੇ ਜੇ ਤੂੰ ਇਹਨਾਂ ਤੋਂ ਮਾਫ਼ੀ ਮੰਗ ਲਵੇ ਨਾ ਤੇ ਤੈਨੂੰ ਬਖਸ਼ ਵੀ ਦੇਣਗੇ ਪਰ ਮੌਤ ਮੰਗਾ ਰਹੇ ਸੀ ਕੰਗੀ ਵਾਲੇ ਨੇ ਸਿੰਘਾਂ ਕੋਲ ਸੱਦ ਕੇ ਕਿਹਾ ਭਾਈ ਕੁਲਦੀਪ ਸਿੰਘ ਭਾਈ ਧਰਮ ਸਿੰਘ ਭਾਈ ਮਾਨ ਸਿੰਘ ਭਾਈ ਈਸਾ ਖਾਨ ਜੀ ਬਹਾਦਰ ਸ਼ਾਹ ਦੀ ਇਮਦਾਦ ਵਾਸਤੇ ਚੱਲੋ ਇਹਨੂੰ ਤਖ਼ਤ ਤੇ ਬਿਠਾਈਏ ਤਾਂ ਕਿ ਬਹਾਦਰ ਸ਼ਾਹ ਯਾਦ ਕਰੇਗਾ ਮੇਰੇ ਪਿਓ ਨੇ ਕੀ ਕੀਤਾ ਅਤੇ ਕੰਗੀ ਵਾਲੇ ਨੇ ਮੇਰੇ ਤੇ ਸਾਲ ਕੀ ਕੀਤਾ
اس تخت بٹھا دینا چاہیے. یہاں کے بزرگ نو گرو نانک دیو جی نے میرے وڈے ستگرو نے تخت بٹھایا سی. ایک گل یاد رکھنا, راج کدیاں حکومتاں ادوں تک چلدیاں نے جدوں تک انصاف رہے. جدوں انصاف اٹھ جائے پھر راج کدیاں تخت تاش برباد ہو جاندے نے. انہاں لوکاں دی قبر تے کوئی دیوا نہیں جگاؤندا جنہاں نے اپنے راج ویلے بے انصافی کیتی ہوے. یہ ڈاکٹر اقبال نے شعر کیا, وہ کہتا کہ جنوں کے ڈنکوں سے کبھی گھومتا تھا آسمان, اب گھاس کی قبروں پر ہوں اور ہاں کچھ بھی نہیں. اور لانکن والے لوگ کتنے تر کے خالصا کل دنیا کے اتنے چڑھتی کلا. جی گل یاد رکھو کہ وشو دیا 292 کنٹری نے, 292 دیش نے, 224 دیشوں کے بھی گردوارے نے, کیسری نشان صاحب جھل رہے ہیں, جھلتے رہن گے. دنیا تک جدوں تک خالصا رہے گا دنیا رہے گی, کیونکہ گرو کا خالصا ہے. گرو جی نے تیاری کی آپ دلی اپنے جیسے موتی باغ ہے نا, یہ پہلا نام سی موچی باغ. اتوں ستگرو نے ایک تیر ماریا لال قلعے دے وچ, اتے منیم خان شطرنج کھیل رہا سی. بچارے جدو تھار کر کے تیر وجہ منیم خان نے سوچا اے تیر, اس تیر نو سونا لگے ہے, تے سونا جیکر لگتا ہے اے گرو گوبند سنگھ دے تیر نو لگتا ہے. کہہ اٹھیا منیم خان کرامات 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 کرامات. حضور نے پھر دوجا تیر چھڈیا, اس تیر دے نال بنی چٹھی. حضور نے لکھا منیم خان ایک کرامات نہیں ایک کرتب ہے, کرامات نہیں ایک کرتب ہے. تو جب تیر حضور نے موتی باغ تو ماریا شطرنج کھیڑ دے بچالے جا کے منیم خان دے اتنے ڈگیا. انہیں چٹھی پڑھی, انہیں آخیا او اللہ کرامات نہیں تو ایک کرتب ہے. انہیں آخیا بالکل کرتب ہے. ہوں کہتے بادشاہ ایک جون نو بہادر شاہ دلی تھوڑا ٹکیا اتے آگرے اپڑ گیا. ایک باغ دے وچ انہیں کیمپ لایا, انہیں پتا لگیا محمد آجم نو بہادر شاہ کو فوج تھوڑی بے محمد آزم کو فوج زیادہ. بہتی پھر دے ہوتے کل راجے کل شکتیاں کل طاقت تے بہادر شاہ دی پٹھ دے ہوتے میرے گرو نانک دا ہاتھ. یہ گل ہو سنو, دنیا دے اتنے جی دا کوئی نہیں نا, دنیا دے اتنے جی دا کوئی نہیں وہ دا گرو نانک, جی دا کوئی نہیں وہ دا گرو نانک. یہ پٹھ دے اتنے گرو نانک دا ہاتھ. اتنے ایک شہر پیند ہے وہ جیتو کہتے ہیں. کدے تھی آگرے جاؤ, متھرا جاؤ, بندراپن جاؤ, گوالیئر جاؤ, اتے ویکھنا انہوں نے سینٹر چ ایک جگہ پہ کہ جیجو جیڑی 15ویں لڑائی صاحب شری گرو گوبند سنگھ کی ہوئی وہ کہنے کا یتن ہے. یہ لڑائی 1707 عیسوی 18 جون نو ہوئی. یہ لڑائی 1707 عیسوی 18 جون نو ہوئی. محمد آجم دے کول 3000 گھوڑ سوار نے, بہادر شاہ کو گنتی دے سوربیر, ایک پاسے خالصا بھائی کلدیپ سنگھ, بھائی دھرم سنگھ, بھائی مان سنگھ, اور وہ سوربیر لکھی جنگل والا کنگی والے دے سوربیر نے ویکھیا. کہتے جیڑی ہوا سی نا وہ بھی اس دن محمد آدم تو برخلاف جا رہی سی. اور دشپائی جب تیر مارتے سن ایک گرمی کی رت ایک پانی نہ ایک چھا نہ ایک دھرتی تپے ایک سورج تپے ایک پتھریلا علاقہ ایک پہاڑی علاقہ گرمی کھائے وڈ وڈ کے کہتے محمد آدم
گیا محمد آدم ماریا گیا وہ دی فوجان دی کان رکھ گئے محمد آدم دی ہار ہوگی بہادر شاہ دی جد ہوگی 19 جون بہادر شاہ آگرے چ داخل ہویا تے 1658 دے وچ اورنگزیب بھی 19 جون داخل ہویا سی جنہیں پہلا قدم اپنے پیو دی چھاتی دے اتے رکھیا سی گا گرو جی نال کیویں ملیا کیڑی تریق نوں ملیا ستگر کیویں آئے بہادر شاہ نے کی بھیٹا دتا پیراں نے کی کیا انہاں قاضیاں نے کی کیا گرو جی نے کی کیا کہانی بڑی لمبی سی اتہاس بڑا لمبا سی بہادر شاہ دی ملاقات دی کوئی 2 گھنٹے دیے صاحب شری گرو گوبند سنگھ نال گرو گوبند سنگھ دی تیجی ملاقات بہادر شاہ دے نال 1707 عیسوی اور 2 اگست دن منگلوار نوں ہوئی او دا ویروا پھر کیتے بڑی غور سے سن رہا تا زمانہ ہم ہی سو کے داستا کہتے کہتے تسی بڑے بڑے ڈاڈی سنے سارے ڈاڈی ساڈے نال چنگے نے سرنگی دی سیوا کر رہے سن بھائی گلجار سنگھ جی 5 کلا جنہاں نے دلبر جی نال تان جی نال چیما جی نال अवतार सिंह भौरा जी नाल संत मेहर सिंह जी नाल सेवा कीती 40 साल इधर आवाज ला रहे सन मेरे छोटे वीर नरंग सिंह नूर इधर आवाज ला रहे सन नरेंद्र सिंह राणा दास अमर सिंह नूर हरियाणे दा तुहाडा इको इक ढाडी जत्था भुल्ला चुक्का दी माफी हजारों मंजिले होंगी हजारों कारबा होंगे निगाहें हमको ढूंढेगी ना जाने हम कहां होंगे शहीदों की अर्थी पे कभी रोया नहीं करते वह सदा अमर है और मोया नहीं करते दुनिया वालों मेरे मुंह से ये कफन पा डालो मर्द तो कभी मुंह लुकोया नहीं करते समा हो गया 4 मिनट ज्यादा लागे ने माफी चाहने हैं वाहेगुरु जी का खालसा मैं कह जी वाहेगुरु जी का खालसा वाहेगुरु जी की
ਜ਼ਿੰਦਗੀ ਨੂੰ ਬਈ ਕਾਇਮ ਰੱਖਦੇ ਨੇ ਦਾਨ ਦਾਨੀਆਂ ਦੇ ਕਿਸੇ ਆਖਿਆ ਕੌਮ ਨੂੰ ਜਾਣ ਪਾਉਂਦੇ ਉੱਚੇ ਕੱਥੇ ਹੋਏ ਗਿਆਨ ਗਿਆਨੀਆਂ ਦੇ ਕਿਸੇ ਕੌਮ ਦੀ ਉੱਨਤੀ ਲਈ ਤਪ ਦੱਸੇ ਕਿਸੇ ਦੱਸੇ ਧਿਆਨ ਧਿਆਨੀਆਂ ਦੇ ਬੇਸ਼ੱਕ ਸਾਰੀਆਂ ਗੱਲਾਂ ਇਹ ਚੰਗੀਆਂ ਨੇ ਚੰਗੇ ਗੁਣ ਨੇ ਚੰਗੀਆਂ ਨਿਸ਼ਾਨੀਆਂ ਦੇ ਤੱਕ ਕਦ ਸਿਆਣਿਆਂ ਆਖਿਆ ਹੈ ਕੌਮ ਜਿੰਦਗੀਆਂ ਨਾਲ ਕੁਰਬਾਨੀਆਂ ਦੇ ਔਖੀ ਬਣੀ ਤੇ ਔਖੀਆਂ ਘਾਟੀਆਂ ਦਾ ਔਖੀ ਬਣੀ ਤੇ ਔਖੀਆਂ ਘਾਟੀਆਂ ਦਾ ਹੋ ਕੇ ਚਾਨਣਾ ਬਹੁਤ ਵਿਖਾਉਣ ਵਾਲਾ ਫਿਲਮ ਸੈਂਕੜੇ ਸਾਲ ਦੀ ਗੁੰਗ ਹੋਈ ਅੱਖੀਆਂ ਸਾਹਮਣੇ ਲਿਆਉਣ ਵਾਲਾ ਬੀਤੀਆਂ ਗੱਲਾਂ ਪੁਰਾਣੀਆਂ ਦੀ ਨੂਰੀ ਝਲਕ ਦੀ ਦਰਦ ਲਿਆਉਣ ਵਾਲਾ ਕੌਮਾਂ ਸੁੱਤੀਆਂ ਨੂੰ ਔਖੀ ਬਣ ਵੇਲੇ ਝੂੜ ਝੂੜ ਕੇ ਸਿਰੋਂ ਜਗਾਉਣ ਵਾਲਾ ਕੌਮ ਬਾਅਦ ਜਿਸਦੇ ਨਿਰੀ ਲੋਤ ਹੁੰਦੀ ਜਿਸਦੇ ਛੱਪਣ ਤੇ ਮਜ਼ਬ ਉਦਾਸ ਹੁੰਦਾ ਜਿਸ ਨੂੰ ਕੌਮ ਦੀ ਜ਼ਿੰਦਗੀ ਆਖਦੇ ਨੇ ਸੱਚ ਪੁੱਛੋ ਤੇ ਉਹ ਇਤਿਹਾਸ ਹੁੰਦਾ ਗੁਰੂ ਰੂਪ ਸਾਹਿਬ ਸਿੰਘ ਜੀ ਸਿਆਣੇ ਕਹਿੰਦੇ ਹਨ ਕਿ ਜਿਸ ਕੌਮ ਨੂੰ ਮਾਰਨਾ ਹੈ ਉਸਦਾ ਇਤਿਹਾਸ ਖਤਮ ਕਰ ਦਿਓ ਬਿਨਾਂ ਮਾਰੇ ਕੌਮ ਮਰ ਜਾਂਦੀ ਇਤਿਹਾਸ ਕੌਮਾਂ ਦੀ ਜਿੰਦ ਜਾਨ ਹੈ ਇਤਿਹਾਸ ਵੀ ਉਹ ਜੋ ਗੁਰੂ ਜੀ ਨੇ ਆਪਣੇ ਪੁੱਤਰਾਂ ਦੇ ਖੂਨ ਨਾਲ ਤਸਦੀਕ ਕੀਤਾ ਖਾਲਸੇ ਨੇ ਇਤਿਹਾਸ ਦੀ ਦਸਤਾਵੇ ਆਪਣੇ ਪੁੱਤਰਾਂ ਦੇ ਖੂਨ ਨਾਲ ਤਸਦੀਕ ਕੀਤੀ ਹੈ ਗਰਮ ਖੂਨ ਨਾਲ ਠੰਡੇ ਖੂਨ ਨਾਲ ਨਹੀਂ ਉਹ ਇਤਿਹਾਸ ਜੋ ਸਦਾ ਹੀ ਸੂਰਜ ਦੀ ਤਰ੍ਹਾਂ ਰਹੇਗਾ ਅਤੇ ਸਾਡੇ ਭੁੱਲਿਆਂ ਵਾਸਤੇ ਇੱਕ ਚਿਰਾਗ ਦਾ ਕੰਮ ਕਰੇਗਾ ਅੱਜ ਉਸ ਇਤਿਹਾਸ ਨੂੰ ਲੜੀਵਾਰ ਸਰਵਣ ਕਰ ਰਹੇ ਮੇਰੀ ਹਾਜ਼ਰੀ ਪ੍ਰਵਾਨ ਕਰਿਓ ਗੁਰੂ ਫਤਿਹ ਦਾ ਉਤਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਜੀ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਤੋਂ ਰਾਜਸਥਾਨ ਦੇ ਰਸਤੇ ਉਹਨਾਂ ਦੇ ਸਥਾਨ ਬਣੇ ਹੋਏ ਸੁਹਾਵਾ ਸਾਹਿਬ ਅਤੇ ਸਰਸਾ ਉਸ ਤੋਂ ਅੱਗੇ ਰਾਜਸਥਾਨ ਵਿੱਚ ਦੀ ਦਾਖਲ ਹੋ ਕੇ ਪੁਸ਼ਕਰ ਅਤੇ ਉਸ ਤੋਂ ਬਾਅਦ ਮਹਾਰਾਜ ਭਗੌਰ ਰਹੇ ਜਦੋਂ ਗੁਰੂ ਜੀ ਭਗੌਰ ਗਏ ਨੇ ਉਦੋਂ 3 ਮਾਰਚ ਸੰਨ 1707 ਈਸਵੀ ਜਿੱਦਣ ਔਰੰਗਜ਼ੇਬ ਦੀ ਮੌਤ ਦੀ ਖਬਰ ਗੁਰੂ ਜੀ ਨੂੰ ਮਿਲੀ ਮਹਾਰਾਜ ਸੱਚੇ ਪਾਤਸ਼ਾਹ ਜੀ ਉੱਥੇ ਹੀ ਆਪਣਾ ਪੜਾਅ ਕਰ ਲਿਆ ਉਹਨਾਂ ਨੂੰ ਪਤਾ ਸੀ ਕਿ ਹੁਣ ਹਾਲਾਤ ਵਿਗੜ ਚੁੱਕੇ ਨੇ ਤਖ਼ਤ ਦੇ ਵਾਰਸਾਂ ਵਿੱਚ ਤਲਵਾਰ ਚੱਲਣੀ ਹੈ ਹੁਣ ਸਾਡਾ ਅੱਗੇ ਜਾਣਾ ਅਜੇ ਕੋਈ ਦੁੱਖ ਨਹੀਂ ਰੱਖਦਾ ਗੁਰੂ ਜੀ ਭਗੌਰ ਨੇ ਉੱਧਰੋਂ ਬਹਾਦਰ ਸ਼ਾਹ ਨੂੰ 20 ਦਿਨ ਦੇ ਬਾਅਦ ਆਪਣੇ ਪਿਤਾ ਦੀ ਖਬਰ ਮਿਲੀ ਉਹਨਾਂ ਦੀ ਮੌਤ ਦੀ ਉਹ ਚੱਲਿਆ ਅਫਗਾਨ ਧਰਤੀ ਤੋਂ ਤੇ ਬਹੁਤ ਦਿਨਾਂ ਬਾਅਦ ਉਹ ਆਪਣੇ ਤਖ਼ਤ ਦੇ ਨੇੜੇ ਪਹੁੰਚਿਆ ਵੱਡਾ ਸੀ ਹੱਕਦਾਰ ਤਾਂ ਉਹੀ ਸੀ ਤਾਰਾ ਆਜ਼ਮ ਦੇ ਤਹਿਤ ਮਤਹਿਤ ਉਸ ਵੇਲੇ ਸਾਰੇ ਰਾਜੇ ਮਹਾਰਾਜੇ ਤਾਬਿਆ ਹੋਏ ਹੋਏ ਨੇ ਜਿਹਦਾ ਰਾਜ ਉਹਦਾ ਤੇਜ ਬਹਾਦਰ ਸ਼ਾਹ ਨੇ ਆਪਣੇ ਵਕੀਲ ਰਾਹੀਂ ਭਾਈ ਨੰਦ ਲਾਲ ਰਾਹੀਂ ਗੁਰੂ ਜੀ ਕੋਲੋਂ ਸ਼ਰਨ ਮੰਗੀ ਤੇ ਮਦਦ ਮੰਗੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਹਾ ਸਾਡਾ ਤਾਂ ਫਰਜ਼ ਬਣਦਾ ਹੈ ਜਿਸਦਾ ਹੱਕ ਹੈ ਉਸਦੀ ਮਦਦ ਕਰਨੀ ਜਿਸਦਾ ਕੋਈ ਆਸਰਾ ਨਾ ਹੋਵੇ ਉਸਦਾ ਆਸਰਾ ਬਣਨਾ ਗੁਰੂ ਨਾਨਕ ਦੇ ਕਰਨੀ ਮਹਾਰਾਜ ਜੀ ਨੇ ਕਿਹਾ ਮਦਦ ਦੇਣੀ ਪ੍ਰਵਾਨ ਕਰ ਲਈ ਮਹਾਰਾਜ ਜੀ ਨੇ ਇਹ ਵੀ ਕਿਹਾ ਕਿ ਬਹਾਦਰ ਸ਼ਾਹ ਨੂੰ ਕਹਿ ਦਿਓ ਕਿ ਜੇ ਉਸਨੇ ਮਰਦਾਂ ਵਾਂਗ ਟਾਕਰਾ ਨਾ ਕੀਤਾ ਤੇ ਬਹੁਤ ਬੁਰੀ ਮੌਤ ਤੇ ਮਰੇਗਾ ਬਚ ਨਹੀਂ ਸਕਦਾ ਹੁਣ ਜੇ ਉਸਨੇ ਕਾਇਰਤਾ ਵਿਖਾਈ ਪੁੱਜਦਿਲ ਵਿਖਾਈ ਤੇ ਬੁਰੀ ਮੌਤ ਤੇ ਮਰੇਗਾ ਉਸਨੂੰ ਕਹੋ ਤਕੜੇ ਹੋ ਅਤੇ ਇਸਦੇ ਟਾਕਰੇ ਲਈ ਤਿਆਰੀ ਕਰੋ ਅਸੀਂ ਤੁਹਾਡੀ ਮਦਦ ਕਰਾਂਗੇ ਜਿਸ ਤੀਰ ਨਾਲ ਤਾਰਾ ਆਜ਼ਮ ਦੀ ਮੌਤ ਹੋਈ ਜਦੋਂ ਉਹ ਤੀਰ ਪੁੱਟਿਆ ਤੇ ਉਹ ਬਹਾਦਰ ਸ਼ਾਹ ਨੇ ਕੋਲ ਰੱਖਿਆ ਜਦੋਂ ਰਾਜੇ ਮਹਾਰਾਜੇ ਭੱਜਣ ਲੱਗੇ ਉਸਨੇ ਸਭ ਨੂੰ ਰੋਕ ਲਿਆ ਉਹਨੇ ਕਿਹਾ ਇਹ ਲੜਾਈ ਸਾਡੀ ਤਖ਼ਤ ਵਿੱਚ ਭਰਾਵਾਂ ਦੀ ਹੈ ਕਿਸੇ ਨਾਲ ਕੋਈ ਲੜਾਈ ਨਹੀਂ ਤੁਸੀਂ ਸਾਰੇ ਮੇਰੇ ਮਿੱਤਰ ਹੋ
کسے بھی میرے اتے کوئی غلط شکا نہیں رکھنا میں کسے نال بھی کوئی وعدہ نہیں کرانگا تسی سارے ہون ایک میرے تھلے ہو تو اس تو بعد تارا نظر دیکھ پٹے اور تیر نو اس طرح رکھ کے بہادر شاہ نے کیا میرے درنیلا وچوں کس دے تیر نال موت ہوئی ہے میں اس نو وڈا انعام دینا چاہنا ہوں ہر ایک کہنا ہے کہ میرے تیر نہ مرے دوسرا کہنا میرے تیر نہ مرے چوتھا کہنا میرے تیر نہ مرے پر اس نو پتا ہے اس نے کیا تیر ہے دینا آتا چاہیے جڑے تسی تیر وکھا رہے ہو انہاں تیراں نال میری تسلی نہیں اے جو میرے ہتھ وچ تیر ہے اس دے نال دا تیر چاہیے وہ تیر کدے کول ہے کسے کو بھی نہیں گرو جی دی شناختی مور ہے گرو مہاراج جی دی اس تیر تو پچھان ہوندی ہے پچھے جننے بھی راجے مہاراجے سور بھی سن وہ اپنے شسترا اتنے اپنی مور تے شناخت رکھتے سن نہ کدی گرو جی نے ایسا دھوکھا کیتا ہے اس تو بعد بہادر شاہ جیتو ہویا تو دلی بھی ہو گیا دلی دا بھی بڑا تخت ہے اس دے پربند لی بھی گیا موتی باغ تو گرو جی نے تیر ماریا جس دی گل کیتی گئی ہے وہ میں پہلی حویلی دیکھی اس گجر دی جس حویلی تو گرو جی نے تیر ماریا آج اتنے بہت شاندار گردوارا بن گیا پھر بہادر شاہ آگرے نو آیا تین مہینوں تو بعد میرے صاحب سچے پاتشاہ جی دی بہادر شاہ نال ملاقات ہو رہی ہے سرون کرو گرو کی ساتھ سنگی جی دلی نے قلعے نال دونی شکتی کا مالک ہے آگرے کا قلعہ کیونکہ دلی نے قلعے دیا دیوار کی طرح اس دیا توڑیا دیوار نے جدو گرو جی گئے گھوڑے سمیت آگرے کے شاہی قلعے کے دروازے تک پہنچے کوئی بھی مغل بادشاہ دے دربار وچ پیش ہون لگا میں اس نو اندر جا کے دیکھیا ہر تھا ہر پیش ہون والا ایک ہاتھ ایتھے تے ایک ہاتھ کمر دے پچھے رکھ کے اس طرح کبا ہو کے بادشاہ دے پیش ہوندا سی پر گرو مہاراج جی دے گھوڑے دیاں واکاں فڑ کے تخت تک لے کے گیا بہادر شاہ گرو جی دا بڑا سنمان کیتا پر اس سنمان نو چر نہیں سکے ملا مرانے اتے درباری کہ گرو مہاراج جی دی اس اسلام دے راج کے تخت اتے ایک کافر دی اینی وڈی عزت ہوے ایڈا وڈا سمان ہوے ایڈا وڈا مان ہوے یہ چر نہیں سکتے جڑے کٹڑ لوگ سن میرے صاحب سچے پاتشاہ جی تے سوال ہو رہے نے نال ہی میرے پاتشاہ بہادر شاہ نو کیتے وعدے یاد کرا رہے نے بہادر شاہ کہ تسی سارے وعدے پورے نہیں کرو گے اس دا انصاف ساڈی تلوار خود کرے گی
ਮਿਲਿਆ ਕਿ ਜੋਧਪੁਰ ਤੋਂ ਰਾਜਾ ਅਜੀਤ ਸਿੰਘ ਜੋਧਪੁਰੀਏ ਨੇ ਤੇਰਾ ਕੱਟੜ ਦੁਸ਼ਮਣ ਕੈਦ ਵਿੱਚੋਂ ਭਜਾ ਦਿੱਤਾ। ਫਿਕਰ ਲੱਗ ਗਿਆ ਬਹਾਦਰ ਸ਼ਾਹ ਨੂੰ, ਜੋਧਪੁਰ ਵਾਲੇ ਬੰਨੇ ਭੱਜ ਤੁਰਿਆ। ਗੁਰੂ ਜੀ ਨੂੰ ਕਹਿੰਦਾ, ਮਹਾਰਾਜ ਤੁਸੀਂ ਵੀ ਆਪਣੀ ਫੌਜ ਦੇ ਜਥੇ ਨੂੰ ਨਾਲ ਲੈ ਕੇ ਜੋਧਪੁਰ ਆ ਜਾਓ, ਬਾਕੀ ਫੈਸਲਾ ਉੱਥੇ ਕਰਾਂਗੇ। ਜਦੋਂ ਜੋਧਪੁਰ ਪਹੁੰਚੇ ਮਹਾਰਾਜ ਵੀ ਆਪਣੇ ਕਹਿਣ ਲੱਗਾ, ਹੁਣ ਮਹਾਰਾਜ ਮੇਰੇ ਭਰਾ ਕਾਮ ਬਖਸ਼ ਨੇ ਨਿਜ਼ਾਮ ਹੈਦਰਾਬਾਦ ਵਿੱਚ ਬਗਾਵਤ ਕਰ ਦਿੱਤੀ ਹੈ, ਮੈਂ ਉੱਧਰ ਨੂੰ ਚੱਲਿਆ ਹਾਂ, ਮੇਰੇ ਨਾਲ ਹੀ ਚੱਲੋ, ਰਸਤੇ ਵਿੱਚ ਆਪਾਂ ਸਾਰੀਆਂ ਸ਼ਰਤਾਂ ਤਿਆਗ ਕਰ ਲਾਂਗੇ ਅਤੇ ਜੋ ਮੈਂ ਆਪ ਨਾਲ ਵਾਅਦੇ ਕੀਤੇ ਹਨ। ਅਸਲ ਵਿੱਚ ਬਹਾਦਰ ਸ਼ਾਹ ਹੁਣ ਵਹਿਦਿਆਂ ਤੋਂ ਮੁਕਰ ਰਿਹਾ। ਗੱਲ ਤਾਂ ਇਹ ਸਰਕਾਰਾਂ ਜਿਹੜੀਆਂ ਨੇ ਨਾ, ਰਾਜਨੀਤਿਕ ਬੰਦੇ ਦੇ ਦੋ ਰੂਪ ਹੁੰਦੇ, ਕੋਈ ਵੀ ਹੋਵੇ ਉਹਦੇ ਦੋ ਰੂਪ ਹੁੰਦੇ, ਮੂੰਹ ਦਾ ਮਿੱਠਾ ਹੁੰਦਾ ਤੇ ਅੰਦਰ ਦਾ ਬਹੁਤ ਖੋਟਾ ਹੁੰਦਾ। ਰਾਜਨੀਤਿਕ ਬੰਦੇ ਕਦੇ ਵੀ ਕੀਤੇ ਵਾਅਦਿਆਂ ਤੇ ਪੂਰੇ ਨਹੀਂ ਉਤਰਦੇ। ਇਹ ਬਹਾਦਰ ਸ਼ਾਹ ਕੀਤੇ ਵਾਅਦਿਆਂ ਤੋਂ ਮੁਕਰ ਰਿਹਾ ਹੈ। ਰਸਤੇ ਵਿੱਚ ਜਾਂਦਿਆਂ ਬਿਰਹਾਮਪੁਰ ਗੁਰੂ ਜੀ ਤੇ ਬਹਾਦਰ ਸ਼ਾਹ ਦਾ ਕੈਂਪ ਵੱਖਰਾ ਵੱਖਰਾ ਹੋ ਗਿਆ। ਉਸ ਤੋਂ ਬਾਅਦ ਜਦੋਂ ਨਿਜ਼ਾਮ ਹੈਦਰਾਬਾਦ ਦੇ ਅੰਦਰ ਜਿੱਥੇ ਅੱਜ ਹੀਰਾ ਘਾਟ ਹੈ, ਜਦੋਂ ਇੱਥੇ ਗੋਦਾਵਰੀ ਦੇ ਕੰਢੇ ਕੈਂਪ ਲੱਗਾ ਹੈ, ਇੱਥੇ ਬਹਾਦਰ ਸ਼ਾਹ ਨੇ ਗੁਰੂ ਜੀ ਨੂੰ ਹੀਰਾ ਭੇਟ ਕੀਤਾ ਤੇ ਇਹੀ ਸਥਾਨ ਹੈ ਹਜ਼ੂਰ ਸਾਹਿਬ ਅੰਦਰ ਜੋ ਸਭ ਤੋਂ ਪਹਿਲਾ ਸਥਾਨ ਹੈ। ਗੁਰੂ ਜੀ ਪਹਿਲਾਂ ਹੀਰਾ ਘਾਟ ਬੈਠੇ ਨੇ, ਫਿਰ ਬਾਕੀ ਸਾਰੇ ਗੁਰਦੁਆਰੇ। ਮੈਂ ਉਦੋਂ ਤੋਂ ਦਰਸ਼ਨ ਕਰਦਾ ਹਾਂ ਜਦੋਂ ਤੋਂ ਪੈਦਲ ਤੁਰ ਕੇ ਜਾਂਦੇ ਸਨ ਸਿੱਖ, ਜਦੋਂ ਸਥਾਨਾਂ ਨੂੰ ਜਾਣ ਦਾ ਕੋਈ ਸਾਧਨ ਨਹੀਂ ਸੀ। ਸਨ 62 ਵਿੱਚ ਪਹਿਲੀ ਵਾਰ ਮੈਨੂੰ ਜਾਣ ਦਾ ਮੌਕਾ ਮਿਲਿਆ। ਅੱਜ ਬੜੀ ਸਤਿਗੁਰੂ ਦੀ ਬਖਸ਼ਿਸ਼ ਹੈ ਉਸ ਸਥਾਨ ਤੇ। ਤੋ ਇਸ ਹੀਰਾ ਘਾਟ ਦਾ ਨਾਮ ਹੀਰਾ ਘਾਟ ਇਸ ਲਈ ਕਿ ਬਹਾਦਰ ਸ਼ਾਹ ਨੇ ਬਹੁਮੁੱਲਾ ਹੀਰਾ ਭੇਟਾ ਕੀਤਾ ਜੋ ਗੁਰੂ ਜੀ ਨੇ ਗੋਦਾਵਰੀ ਵਿੱਚ ਸੁੱਟ ਦਿੱਤਾ। ਤੇ ਬਹਾਦਰ ਸ਼ਾਹ ਦੇ ਦਿਲ ਵਿੱਚ ਸ਼ੰਕਾ ਹੋਇਆ ਕਿ ਗੁਰੂ ਜੀ ਨੂੰ ਕੀ ਪਤਾ ਇਸ ਦੀ ਕੀਮਤ ਕੀ ਹੈ, ਇਹ ਬਾਦਸ਼ਾਹੀ ਹੀਰਾ ਹੈ ਤੇ ਗੁਰੂ ਜੀ ਨੇ ਪਾਣੀ ਵਿੱਚ ਸੁੱਟ ਦਿੱਤਾ। ਤੇ ਗੁਰੂ ਮਹਾਰਾਜ ਜੀ ਨੂੰ ਕਹਿੰਦਾ, ਦਿਲ ਚ ਕਹਿੰਦਾ ਕਿ ਮੇਰੇ ਵਰਗਾ ਦਾਨੀ ਕੋਈ ਨਹੀਂ ਜੋ ਹੀਰੇ ਦਾਨ ਕਰਦਾ। ਤੇ ਮਹਾਰਾਜ ਜੀ ਨੇ ਸੁੱਟ ਕੇ ਇਹ ਸਤਿਗੁਰੂ ਜੀ ਨੇ ਦੱਸਿਆ ਕਿ ਤੇਰੇ ਵਰਗਾ ਦਾਨੀ ਕੋਈ ਨਹੀਂ, ਸਾਡੇ ਵਰਗਾ ਤਿਆਗੀ ਕੋਈ ਨਹੀਂ, ਆਓ ਪਿਆ ਤੇਰਾ ਹੀਰਾ ਤੇ ਜਾ ਹੋਰ ਵੇਖ ਲੈ। ਬਹਾਦਰ ਸ਼ਾਹ, ਇਹ ਸਾਡਾ ਖਜ਼ਾਨਾ ਹੈ ਗੋਦਾਵਰੀ, ਵੇਖ ਲੈ ਜਿਹੜਾ ਤੇਰਾ ਹੀਰਾ ਸਿਆਣ ਹੈ। ਹੁਣ ਇੱਥੇ ਮੇਰੇ ਸਾਹਿਬ ਸੱਚੇ ਪਾਤਸ਼ਾਹ ਜੀ ਅੱਗੇ ਨਹੀਂ ਤੁਰੇ। ਬਹਾਦਰ ਸ਼ਾਹ ਕੈਮ ਬਖਸ਼ ਦੀ ਬਗਾਵਤ ਨੂੰ ਦਬਾਉਣ ਲਈ ਦੱਖਣ ਵਿੱਚ ਹੈਦਰਾਬਾਦ ਨੂੰ ਵਧਿਆ ਹੈ ਤੇ ਗੁਰੂ ਜੀ ਇੱਥੇ ਹਨ। ਇੱਧਰ ਮਹਾਰਾਜ ਜੀ ਨੂੰ ਯਕੀਨ ਹੋ ਗਿਆ ਕਿ ਬਹਾਦਰ ਸ਼ਾਹ ਹੁਣ ਸਾਡੇ ਨਾਲ ਠੀਕ ਨਹੀਂ ਹੈ। ਗੁਰੂ ਜੀ ਨੇ ਇਹ ਕਹਿ ਦਿੱਤਾ ਸੀ ਕਿ ਜੇ ਤੂੰ ਫੈਸਲਾ ਨਹੀਂ ਕਰੇਗਾ, ਅਸੀਂ ਖੁਦ ਆਪਣੇ ਇਸ ਕੇਸ ਦਾ ਫੈਸਲਾ ਕਰਾਂਗੇ। ਤਾਂ ਹੀ ਮਹਾਰਾਜ ਜੀ ਨੇ ਬੰਦੇ ਬਹਾਦਰ ਨੂੰ ਇੱਥੋਂ ਤੋਰਿਆ। ਤੇ ਇਸੇ ਗੱਲ ਦਾ ਬਹਾਦਰ ਸ਼ਾਹ ਨੂੰ ਗੁੱਸਾ ਹੈ ਕਿ ਗੁਰੂ ਜੀ ਨੇ ਮੇਰੇ ਹੁੰਦਿਆਂ ਤੇ ਮੇਰੀ ਮੌਜੂਦਗੀ ਵਿੱਚ ਇਹ ਸਭ ਕੁਛ ਕਰ ਦਿੱਤਾ ਹੈ ਕਿ ਉਹ ਇੱਥੇ ਬੈਠੇ ਨੇ, ਬੰਦੇ ਨੂੰ ਭੇਜ ਕੇ ਪੰਜਾਬ ਵਿੱਚ ਫਿਰ ਗੜਬੜ ਕਰਾ ਦਿੱਤੀ ਹੈ, ਬਗਾਵਤ ਕਰਾ ਦਿੱਤੀ ਹੈ। ਇਸ ਲਈ ਬਹਾਦਰ ਸ਼ਾਹ ਨਹੀਂ ਚਾਹੁੰਦਾ ਕਿ ਗੁਰੂ ਜੀ ਹੋਰ ਜ਼ਿਆਦਾ ਚਿਰ ਉਹਦੀ ਅੱਖਾਂ ਦੇ ਸਾਹਮਣੇ ਰਹਿਣ। ਹੁਣ ਕੀ ਹੋ ਰਿਹਾ, ਸਰਵਣ ਕਰੀਏ। ਜਦੋਂ ਬਹਾਦਰ ਸ਼ਾਹ ਇੱਥੋਂ ਵਾਪਸ ਮੁੜਿਆ, ਬੜਾ ਦਾਣਾ ਦੌਤਰਾ ਹੈ, ਸਾਹਿਬ ਕੁਮਾਰ ਬਹੁਤ ਸੁੰਦਰ ਲਿਖਾਰੀ ਹੈ, ਬਹੁਤ ਮਿਸਾਲ ਦੇਣ ਦੇ ਯੋਗ ਹੈ। ਉਸਨੇ ਇਸ ਗੱਲ ਨੂੰ ਬਿਲਕੁਲ ਚਿੱਟਾ ਤੇ ਨਿਰਣਾ ਇਸਦਾ ਕਰ ਦਿੱਤਾ। ਉਧਰੋਂ ਵਜ਼ੀਰ ਖਾਨ ਨੇ ਵੀ ਬੰਦੇ ਭੇਜੇ ਹੋਏ। ਬਹਾਦਰ ਸ਼ਾਹ ਵਾਪਸ ਆਉਂਦਾ ਹੋਇਆ ਮਹਾਰਾਜ ਜੀ ਨੂੰ ਫਿਰ ਮਿਲਿਆ ਤੇ ਕਹਿਣ ਲੱਗਾ, ਮਹਾਰਾਜ ਆਓ ਹੁਣ ਪੰਜਾਬ ਨੂੰ ਚੱਲੀਏ। ਮਹਾਰਾਜ ਜੀ ਨੇ ਕਿਹਾ, ਸਾਡੀ ਮੰਜ਼ਿਲ ਪੂਰੀ ਹੋ ਗਈ ਹੈ, ਅਸੀਂ ਹੁਣ ਮਹਾਰਾਜ ਜੀ ਨੂੰ ਵੀ ਪਤਾ ਹੈ ਕਿਸ ਨਾਲ ਤੁਰਨਾ ਠੀਕ ਨਹੀਂ। ਪਰ ਬਹਾਦਰ ਸ਼ਾਹ ਨੇ ਕਿਹਾ ਕੁਲ ਖਾਨ ਤੇ ਅਤੁਲ ਖਾਨ ਨੂੰ ਕਿ ਜੇ ਤੁਸੀਂ ਗੁਰੂ ਜੀ ਨੂੰ ਮਾਰ ਦਿਓ ਤੁਹਾਨੂੰ ਗੁਰੂ ਜੀ ਦਾ ਕਤਲ ਮਾਫ ਹੋਵੇ। ਅੱਜ ਉਹ ਇੱਕ ਪੜਾਅ ਤੇ ਵੀ ਨਹੀਂ ਸੀ ਗਿਆ ਜਦੋਂ ਕਿ ਕਾਲਾ ਹੋ ਗਿਆ। ਬਹਾਦਰ ਸ਼ਾਹ ਉੱਥੋਂ ਚੱਲ ਕੇ ਦੂਸਰੇ ਪੜਾਅ ਤੇ ਖੜੋਤਾ ਜਦੋਂ ਉਸਨੂੰ ਖਬਰ ਮਿਲ ਗਈ ਕਿ ਗੁਰੂ ਮਹਾਰਾਜ ਜੀ ਦੇ ਨਾਲੇ ਪਾਣਾ ਵਰਤ ਗਿਆ। ਸਰਵਣ ਕਰੀਏ ਜੀ, ਲੋਹੜੇ ਪੈਰ ਦੇ ਵਕਤ ਮੇਰੇ ਸਾਹਿਬ ਸੱਚੇ ਪਾਤਸ਼ਾਹ ਜੀ ਆਪਣੇ ਪਲੰਘੇ ਤੇ ਆਰਾਮ ਕਰਨ ਲਈ ਬੈਠੇ ਨੇ ਅਤੇ ਗੁਰੂ ਮਹਾਰਾਜ ਜੀ ਸੱਚੇ ਪਾਤਸ਼ਾਹ ਜੀ ਜਦੋਂ ਵੀ ਉਹ ਲੇਟਦੇ ਸੌਂਦੇ ਆਰਾਮ ਕਰਦੇ ਤਾਂ ਜਰਨੈਲਾਂ ਵਾਂਗਰ ਕਰਦੇ ਸਨ। ਆਮ ਸਾਡੇ ਵੱਲੋਂ ਜਾਂ ਆਮ ਉਹਨਾਂ ਲੋਕਾਂ ਵੱਲੋਂ ਜਿਨ੍ਹਾਂ ਤੋਂ ਅਸੀਂ ਕਈ ਵਾਰੀ ਸਿੱਖੀ ਦਾ ਬਹੁਤ ਕੂੜਾ ਵਧੀਆ ਰੂਪ ਵੇਖ ਲੈਂਦੇ ਹਾਂ, ਉਹ ਉਹਨਾਂ ਵੱਲੋਂ ਆਰਾਮ ਨਹੀਂ ਸੀ ਕਰਦੇ। ਉਹ ਆਪਣਾ ਫੌਜੀ ਜੀਵਨ ਹੀ ਰੱਖਿਆ ਸਾਰੀ ਜ਼ਿੰਦਗੀ ਤੇ ਫੌਜੀਆਂ ਵਾਂਗਰ ਹੀ ਉਹਨਾਂ ਦਾ ਜੀਵਨ ਸੀ ਸੋਣਾ। ਉਹ ਕਦੀ ਬੇਖੌਫ ਬੇਖਟਕ ਤੇ ਲਾਪਰਵਾਹ ਹੋ ਕੇ ਨਹੀਂ ਸੀ ਸੌਂਦੇ। ਸ਼ਸਤਰ ਉਹਨਾਂ ਦੇ ਉਸ ਢੰਗ ਤੇ ਪਏ ਹਨ ਜਿੱਥੋਂ ਚੁੱਕ ਕੇ ਝੱਟ ਵਾਰ ਕਰ ਸਕਦੇ ਨੇ। ਮਹਾਰਾਜ ਦੇ ਸੁਤਿਆਂ ਜਦੋਂ ਇਹਨਾਂ ਦੋਵਾਂ
ਪਠਾਣਾ ਨੇ ਵਾਰ ਕੀਤਾ ਖੰਜਰ ਦਾ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਸ ਵਾਰ ਨੂੰ ਲੱਭਦਿਆਂ ਹੱਥ ਨਾਲ ਫੜ ਕੇ ਦੂਸਰੇ ਹੱਥ ਨਾਲ ਸਤਿਗੁਰੂ ਜੀ ਨੇ ਤਲਵਾਰ ਦਾ ਵਾਰ ਕਰਕੇ ਇੱਕ ਨੂੰ ਤਾਂ ਉੱਥੇ ਢੇਰੀ ਕਰ ਦਿੱਤਾ। ਸਰਵਣ ਕਰੀਏ ਜੀ
ਸਮਾਂ ਨਹੀਂ। ਇੱਕ ਚੀਜ਼ ਹੋਰ ਕਹਿ ਕੇ ਮੈਨੂੰ ਇਹ ਵੀ ਸਕੱਤਰ ਸਾਹਿਬ ਰੱਖੂ ਕਿਹਾ ਕਿ ਤੁਸੀਂ 8:40 ਤੱਕ ਸੰਗਤ ਦੀ ਸੇਵਾ ਕਰਨੀ। ਮੈਂ ਸਮਾਪਤੀ ਕਰਨੀ ਇੱਕ ਚੀਜ਼ ਨਾਲ ਤਾਂ ਕਿ ਮੇਰੇ ਆਉਣ ਵਾਲੇ ਜਿਹੜੇ ਵੀਰ ਹਨ ਉਹਨਾਂ ਦਾ ਸਮਾਂ ਨਾ ਲਿਆ ਜਾਏ। ਇਹ ਪ੍ਰਸੰਗ ਮੇਰਾ ਨਹੀਂ ਬਣਿਆ ਹੋਇਆ। ਗੁਰੂ ਕੀ ਸਾਧ ਸੰਗਤ ਸਰਵਣ ਕਰ ਰਹੇ ਹੋ, ਫਿਰ ਬਹਾਦਰ ਸ਼ਾਹ ਨੇ ਇਹ ਵੀ ਪਤਾ ਲੱਗਿਆ ਤੇ ਕਿਹਾ ਕਿ ਗੁਰੂ ਜੀ ਨੂੰ ਪੁੱਛੋ ਕਿ ਮੈਂ ਆਪਣੇ ਡਾਕਟਰ ਭੇਜਾਂ ਤੇ ਗੁਰੂ ਮਹਾਰਾਜ ਜੀ ਦੇ ਫੱਟ ਨੂੰ ਬੰਨਾਂ। ਮਹਾਰਾਜ ਜੀ ਨੇ ਇਨਕਾਰ ਕਰ ਦਿੱਤਾ, ਬਹਾਦਰ ਸ਼ਾਹ ਦੀ ਮਦਦ ਲੈਣ ਤੋਂ ਇਨਕਾਰ ਕਰ ਦਿੱਤਾ। ਗੁਰੂ ਜੀ ਨੇ ਆਪਣੇ ਦਰਾਂ ਤੋਂ ਫੱਟ ਬਣਾਏ, ਸੜਾਈ ਕੀਤੀ ਗਈ, ਕੁਝ ਆਖਰ ਗਏ ਫੱਟ ਜਿੱਥੇ ਤੁਸੀਂ ਨਗੀਨਾ ਘਾਟ ਦੇਖਦੇ ਹੋ। ਮੇਰੇ ਵੇਖਣ ਵਿੱਚ 3 ਵਾਰ ਬਣ ਚੁੱਕਾ ਨਗੀਨਾ ਘਾਟ ਦੀ ਇਮਾਰਤ, ਮੇਰੇ ਵੇਖਣ ਵਿੱਚ 3ਵੀਂ ਵਾਰੀ ਉਸਰੀ। ਇੱਕ ਵਾਰੀ ਛੋਟੀ ਜਗ੍ਹਾ ਸੀ, ਉਸ ਤੋਂ ਬਾਅਦ ਦੂਸਰੀ ਜਗ੍ਹਾ ਬਣਾਈ ਰਾਜਾ ਗੁਲਾਬ ਸਿੰਘ ਨੇ, ਸੇਠੀ ਸਾਹਿਬ ਦਿੱਲੀ ਵਾਲਿਆਂ ਨੇ, ਗੋਦਾਵਰੀ ਨੇ ਢਾ ਦਿੱਤੀ, ਫਿਰ ਦੁਬਾਰਾ ਉਸ ਸਿੱਖ ਨੇ ਬਣਾਈ। ਉਹਨੇ ਕਿਹਾ ਲੈ ਗੋਦਾਵਰੀ ਤੂੰ ਬੜੀ ਆਪਣੇ ਆਪ ਵਿੱਚ ਬਲ ਵਾਲੀ ਹੈ, ਪਰ ਹੁਣ ਸਿੱਖ ਹੈ ਜਦੋਂ ਪੂਰਾ ਤਾਣ ਲਵੇਗਾ ਕਿ ਤੂੰ ਕਦੇ ਵੀ ਇਸ ਨੂੰ ਢਾ ਨਹੀਂ ਸਕੇ। ਉਸ ਨਗੀਨਾ ਘਾਟ ਵਾਲੇ ਸਥਾਨ ਤੇ ਸਤਿਗੁਰੂ ਬੈਠੇ ਨੇ। ਇੱਥੇ ਵੀ ਇੱਕ ਪ੍ਰੇਮੀ ਨੇ ਨਗੀਨਾ ਭੇਟ ਕੀਤਾ ਜੋ ਗੁਰੂ ਜੀ ਨੇ ਗੋਦਾਵਰੀ ਦੀ ਭੇਟ ਕਰ ਦਿੱਤਾ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਾਹਮਣੇ ਇੱਕ ਸਰਦਾਰ ਨੇ, ਰਾਜਪੂਤ ਨੇ ਗੁਰੂ ਜੀ ਦੇ ਸਾਹਮਣੇ ਧਨਕ ਰੱਖੀ ਤੇ ਕਿਹਾ ਗੁਰੂ ਜੀ ਮੇਰੀ ਇਸ ਧਨਕ ਦਾ ਕੋਈ ਚਿੱਲਾ ਨਹੀਂ ਚੜਾ ਸਕਦਾ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਿਰ ਉਸ ਭਾਵੇਂ ਜ਼ਖਮ ਅੱਲੇ ਸਨ, ਟਾਂਕੇ ਠੀਕ ਨਹੀਂ ਸਨ ਅਜੇ ਭਰੇ, ਜਦ ਗੁਰੂ ਜੀ ਨੇ ਉਸ ਕਮਾਨ ਨੂੰ ਖਿੱਚਿਆ ਤਾਂ ਉਹ ਟਾਂਕੇ ਅੱਲੇ ਹੋਣ ਕਰਕੇ ਟੁੱਟ ਗਏ। ਖਾਲਸੇ ਨੇ ਤੇ ਸੇਵਕਾਂ ਨੇ ਗੁਰੂ ਪਿਆਰਿਆਂ ਨੇ ਕਿਹਾ ਮਹਾਰਾਜ ਹੁਕਮ ਕਰੋ, ਹੁਣ ਇਹ ਜ਼ਖਮ ਬਣਾ ਦਿੱਤਾ ਜਾਏ, ਫਿਰ ਸਦੀਏ ਵੈਦਾਂ ਕੀ ਮਨ। ਮਹਾਰਾਜ ਜੀ ਨੇ ਕਿਹਾ ਨਹੀਂ, ਹੁਣ ਨਹੀਂ, ਹੁਣ ਸਦਾ ਆ ਗਿਆ ਮੇਰੇ ਸਾਹਿਬ ਦਾ, ਮੇਰੀ ਸਰਕਾਰ ਦਾ, ਮੇਰੇ ਪਿਆਰੇ ਮਿੱਤਰ ਦਾ ਸਦਾ ਆ ਗਿਆ, ਹੁਣ ਅਸੀਂ ਉਹਦੇ ਕੋਲ ਜਾਣਾ ਹੈ। ਹੁਣ ਮਹਾਰਾਜ ਜੀ ਨੇ ਕਿਹਾ ਤਿਆਰੀ ਕਰੋ, ਹੁਣ ਸਾਡੇ ਜਾਣ ਤੋਂ ਪਹਿਲਾਂ ਰਸਮਾਂ ਪੂਰੀਆਂ ਕੀਤੀਆਂ ਜਾਣ ਅਤੇ ਕੌਮ ਨੂੰ ਆਪਣੇ ਨਿਯਮ ਤੇ ਅਸੂਲਾਂ ਦੇ ਉੱਤੇ ਖੜੀ ਕਰਨ ਲਈ ਜੋ ਮੈਂ ਹੁਣ ਦੁਨੀਆਂ ਤੋਂ ਜਾਣ ਵੇਲੇ ਬਿਲਕੁਲ ਕੋਈ ਮੈਨੂੰ ਚਿੰਤਾ ਨਹੀਂ ਕਿ ਮੇਰਾ ਆਹ ਕੰਮ ਰਹਿ ਗਿਆ, ਮੇਰਾ ਉਹ ਕੰਮ ਰਹਿ ਗਿਆ, ਮੈਂ ਅਜੇ ਜਾਣਾ ਨਹੀਂ ਚਾਹੁੰਦਾ। ਉਮਰ ਕਿੰਨੀ ਹੈ ਗੁਰੂ ਜੀ ਦੀ? ਜਿਸ ਦਿਨ ਗੁਰੂ ਜੀ ਇਹ ਭਾਣਾ ਵਰਤਾ ਰਹੇ ਨੇ, ਕੱਤਕ ਸੁਦੀ 5 ਪੜੋ ਭਾਈ ਸਾਹਿਬ ਭਾਈ ਕਾਨ ਸਿੰਘ ਜੀ ਨਾਭਾ ਮਹਾਨ ਕੋਸ਼, ਜਿਸ ਦੇ ਹਵਾਲੇ ਨਾਲ ਮੈਂ ਕਹਿ ਰਿਹਾ। ਗੁਰੂ ਕੀ ਸਾਧ ਸੰਗਤ ਜੀ, ਐਸਾ ਵਿਦਵਾਨ ਤੇ ਲਿਖਾਰੀ ਸੀ ਕੌਮ ਵਿੱਚ ਮਿਸਾਲ ਦਾ, ਜਿਸਨੇ 15 ਵਰੇ ਮਹਾਨ ਕੋਸ਼ ਨੂੰ ਲਿਖਣ ਵਿੱਚ ਲਾਏ। ਥੋੜੀ ਜਿਹੀ ਕੁਰਬਾਨੀ ਨਹੀਂ, ਸੁਧੀ ਲੱਗਦੀ ਹੈ ਮੱਸਿਆ ਤੋਂ ਬਾਅਦ, ਵਧੀ ਲੱਗਦੀ ਹੈ ਪੁੰਨਿਆ ਤੋਂ ਬਾਅਦ। ਕੱਤਕ ਦੀ ਮੱਸਿਆ ਤੋਂ 5 ਦਿਨ ਬਾਅਦ 7 ਕੱਤਕ ਅਤੇ ਅਕਤੂਬਰ ਦੀ 7 ਤਰੀਕ 1707 ਈਸਵੀ 41 ਸਾਲ 9 ਮਹੀਨੇ ਅਤੇ 15 ਦਿਨ 41 ਸਾਲ 9 ਮਹੀਨੇ 15 ਦਿਨ ਗੱਲ ਉਮਰ ਦੀ ਨਹੀਂ, ਗੱਲ ਹੈ ਉਹਨਾਂ ਨੇ ਕੀ ਦਿੱਤਾ ਸਾਨੂੰ ਇੰਨੇ ਚਿਰ ਵਿੱਚ। ਇੰਨਾ ਤਾਂ ਕੋਈ ਸਦੀਆਂ ਦਾ ਲੰਮੀ ਉਮਰ ਵਾਲਾ ਨਹੀਂ ਦੇ ਸਕਦਾ ਜੋ ਥੋੜੀ ਜੀ ਉਮਰ ਵਿੱਚ ਇੰਨਾ ਪਹਿਲਾਂ ਮੁਕਾਇਆ। ਕਿੱਥੇ ਪਟਨਾ, ਕਿੱਧਰ ਆਨੰਦਪੁਰ ਤੇ ਕਿੱਥੇ ਰਾਜਸਥਾਨ ਤੇ ਕਿੱਥੇ ਨਿਜ਼ਾਮ ਹੈਦਰਾਬਾਦ। ਵਾਹ ਮੇਰੇ ਦਾਦਾ, ਇੰਨੀ ਉਮਰ ਵਿੱਚ ਤੇਰੀ ਗੱਲ ਨੂੰ ਸਮਝਣਾ ਬੜਾ ਔਖਾ ਹੈ। ਆਪਣੇ ਸਰੀਰ ਛੱਡਣ ਤੋਂ ਪਹਿਲਾਂ ਇੱਕ ਨਵੀਂ ਕੌਮ ਨੂੰ ਜਨਮ ਦਿੱਤਾ ਜਿਸ ਦੇਸ਼ ਵਿੱਚ ਕੋਈ ਆਸ ਨਹੀਂ ਸੀ ਕਰ ਸਕਦਾ ਕਿ ਇੱਥੇ ਕੋਈ ਮਰਦ ਪੈਦਾ ਹੋਵੇਗਾ ਜਿਹਦੇ ਵਿੱਚ ਦੇਸ਼ ਤੇ ਕੌਮ ਦਾ ਪਿਆਰ ਹੋਵੇਗਾ, ਜੋ ਜ਼ੁਲਮ ਨਾਲ ਇੱਡੀ ਵੱਡੀ ਟੱਕਰ ਲਵੇਗਾ ਅਤੇ ਜ਼ੁਲਮ ਦੀਆਂ ਸਭ ਜੜ੍ਹਾਂ ਉਖੇੜ ਕੇ ਖਾਰੇ ਸੁਣਨ ਨੂੰ ਸੁੱਟ ਦੇਗਾ। ਕੁਦਰਤ ਨੇ ਤੇਰੇ ਉੱਤੇ ਦੋਵੇਂ ਹੱਥ ਰੱਖੇ, ਕੁਦਰਤ ਨੂੰ ਪਤਾ ਸੀ ਕਿ ਇਸ ਤੋਂ ਬਗੈਰ ਕੋਈ ਜ਼ੁਲਮ ਦਾ ਟਾਕਰਾ ਨਹੀਂ ਕਰ ਸਕਦਾ ਭਾਰਤ ਦੇ ਅੰਦਰ। ਸਰਵਣ ਕਰੀਏ, ਮੇਰਾ ਸਾਹਿਬ ਸੱਚੇ ਪਾਤਸ਼ਾਹ ਦੀਵਾਨ ਸਜਾ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਕਰਾ ਕੇ ਅਤੇ ਗੁਰੂ ਗ੍ਰੰਥ ਦੀ ਤਾਬਿਆ 5 ਨੂੰ ਕੌਮ ਦੀ ਪੰਚਾਇਤ ਨੂੰ ਮਹਾਰਾਜ ਨੇ ਕਿਹਾ ਲਾ ਲਓ, ਸਾਰੀ ਜ਼ਿੰਦਗੀ ਦੀ ਕਮਾਈ ਤੁਹਾਡੀ ਝੋਲੀ ਚ ਪਾ ਦਿੱਤੀ, ਸੰਭਾਲ ਲਓ ਨਾ ਸੰਭਾਲੋ ਤੁਹਾਡੀ ਮਰਜ਼ੀ। ਗੁਰੂ ਮਹਾਰਾਜ ਜੀ ਇੰਨੇ ਫਾਰਗ ਹੋ ਗਏ ਨੇ ਕਿ ਮੇਰੇ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਾਰੀਆਂ ਜ਼ਿੰਮੇਵਾਰੀਆਂ ਹੀ ਤੁਹਾਨੂੰ ਦੇ ਦਿੱਤੀਆਂ। ਤੇ ਸਤਸੰਗ ਜੀ, ਕਈ ਵਾਰੀ ਅਸੀਂ ਕਹਿੰਦੇ ਹਾਂ ਆ ਜਾ ਕਲਗੀਆਂ ਵਾਲਿਆ, ਆ ਜਾ ਬਾਜਾਂ ਵਾਲਿਆ, ਉਹ ਕਿਤੇ ਗਿਆ ਹੋਇਆ ਜਿਹੜਾ ਆ ਜਾਵੇ? ਉਹ ਤਾਂ ਤੇਰੇ ਵਿੱਚ ਹੀ ਬੈਠਾ ਹੋਇਆ ਹੈ ਤੇ ਤੈਨੂੰ
ساتھ سنگت گرو جی ساریاں ڈیوٹیاں فرض پورے کر کے اپنے پنج پوتک شریر نو جویں گروواں نے اس دی رسم نو منیا ہے کنتو پرنتو کرن والے تاں بہت رہندے ہیں اتہاس نو کدی وی تسی ٹپاؤن دی کوشش نہ کریا کرو جدو بھی کوئی بولدا ہے اس دے حوالے مطابق اس دی کھوج کرو نہ کہ اتہاس نو خود بند کرن دی اس وچ دخل اندازی کوئی بھی کرے کوئی بھی کلا آدمی قوم دے اتہاس نو بدل نہیں سکدا سرور کریے گرو کی ساتھ سنگت میں کہنا ہے کہ گرو مہاراج جی نے کوئی بھی ایسی کرامات نہیں کیتی کہ میرے انگیٹھے نو نہ کھولیو اودا نام نشان نہیں رہے گا اودی موت ہو جائے گی یہ تاں پنتھ ورودی اتے انہاں سرکاراں نے لکھیا جنہاں نو مہاراجا رنجیت سنگھ نال تے جنہاں نے پنجاب دی تباہی تے تہش نہش کیتا راج انہاں نے لکھایا کہ لکھ دیو کہ یہ تاں گرو مہاراج دے بھانے نو دمنا ہویا ہے اسی کیڑا بھانے نال رنجیت سنگھ دے راج نال کوئی وکھری گل کیتی ہے سرون کریے ترج گدی آخری چیز
سے آنا سن کر تیرا یہ فرمانا امانت تھی ادا ہو گئی تیرے اظہار کے صدقے تیرے سرپنچ سارے نے پیے پیالے شہادت کے میرے سرپنچ دانی میں تیرے اظہار کے صدقے بخشو تو کرم تیرا نہ بخشو تو شکایت کیا بخشو تو کرم تیرا نہ بخشو تو شکایت کیا میں تیرے انکار کے صدقے تیرے اقرار کے صدقے گرو گرنتھ کو دے کرتی سرنگوں کیا سجدہ بچایا نکلی گرووں سے تیرے اپکار کے صدقے گرو کی ساتھ سنگت نہ راگ مکن والا ہے نہ تار کٹن والا ہے میں بار بار اس گل کا دھنواد کیتا ہے کہ میری زبان وچوں شبد ہی نہیں ایڈے قیمتی جنہاں نال میں دسمیش دربار گردوارا سری تے پربندک تے گرو خالصے پندا دھنواد کراں جڑے پنجاب تو ہزاروں میل ڈاڈی دربار کر کے ڈاڈی کلا نو زندہ کر رہے ہیں سجنوں اس مان تے فخر والی گل ہے میں اگے بھی ذکر کیتا سی کہ گرو گوبند سنگھ نے نظام حیدرآباد وچ ہی ڈاڈیاں دے ناں تے امر نامہ لکھیا جس وچ گرو جی نے کیا سی نتھے اس ویلے کہندے 80 سال دا ہو چکا سی وہ امر نامہ اج بھی پنجاب یونیورسٹی پٹیالے وچ پیا ہویا دیکھ سکدے ہو گرو گوبند سنگھ نے اپنے ہتھاں نال لکھ کے نتھے نوں کیا نتھے جس لوک وچ گوبند سنگھ ہوئے گا اس لوک وچ میرے ڈاڈی نوں کوئی نہیں روک سکے گا جتھے میرا ڈاڈی مار جائے گا میں دربار وچ حاضر ہواں گا کیونکہ ڈاڈی گرو گوبند سنگھ دے دربار وچ وی سی میر مشکی تے شبیلا ڈاڈیاں نوں گرو جی نے امر نامہ بخشیا وسیعت بخشی ہے ایسا میرا بادشاہ جنہ دا اج جوتی جوت سماؤن تک دا حوال تہاڈی سیوا وچ رکھیا ہے ہن ایتھوں ہی میرا برخوردار میرا پیارا ڈاڈی جتھا میرے چھوٹے ویر بھائی بلدیو سنگھ جی تہمے آپ جی کی سیوا وچ ایتھے ہی بندے بہادر نوں تد بھیجنا پیا جدوں بہادر شاہ دی نیت صاف نہ دیکھی تے سارے وعدے تو مکر گیا وہ ہن ایتھوں پرسنگ آپ جی نوں دین گے اے ہن بالکل انہاں دی لینڈ کلیئر صاف ہے پلاں ٹکاں دی کھما ساتھ سنگ جی جٹ گوڈی کردا ہے کنا بچا بچا کردا ہے پھر بھی کوئی نہ کوئی ٹانڈا وڈیا جاندا ہے اینے ٹائم چ ہزاراں گلاں کرنی ہے کوئی ٹانڈا وڈیا ہی جا سکدا ہے نا کوئی اونچی نیویں گل کیتی جا سکدی ہے نظر انداز کر دیو اپنے چرناں وچ تھاں دے رکھو ساتھ سنگ جی پیار نال فتح بلا کے میری حاضری پروان کرو جی واہگرو جی کا خالصہ واہگرو جی کی Oh,
سنمان یوگ سری گرو گرنتھ صاحب شہنشاہ مہاراج کی مبارک حضوری کے اندر دیر دیواں وچوں گئے مر کے سج بیٹھے گرو مہاراج جی دے سجے نوازے گرو پیارے خالصا جی فتح در تے پروان کرنی واہگرو جی کا خالصہ واہگرو جی کی فتح. ہوں آپ جی نے میرے تو پہلا سکھ پنتھ دے مہان ٹاڈی گیانی گرمیش سنگھ جی بہادر صاحب شری گرو گوبند سنگھ مہاراج جی کا جوتی جوت سما جانا خالصا پنتھ گرو گرنتھ صاحب مہاراج نے لڑ لا دینا دیہ تاری پرتھا توڑ دینی شبد گرو دے لڑ لا دینا گرو کے خالصا پنتھ سنا کے نہار کر کے گئے. میرے تو بعد میرے چھوٹے ویر جنہوں نے ساری نو پیڑھی بہت بڑا ماڑ ہے گیانی ترلوچن سنگھ جی پمدی گرو کے پاؤں دربار دی سیوا کرنی ہے. میں کیول ایک گل کہہ کے کھما منگنی ہے کیونکہ گلا میرا پورا ساتھ نہیں دے رہا. میں اپنے وڈے ویر بینتی کی یہ جو وار گائی جی یہ جوش میں گائی جاتی ہے میں جوش کہہ کچھ نہیں سکنا کیونکہ گلے میرے ساتھ نہیں دینا ساتھی میرے کیرتن کریں گے تو میری تھان سے میرا وڈا ویر سیوا کرے گا ستکار جو کہ گرمیش سنگھ جی بادل. میں ایک گل کہہ کے کھما منگنی ہے جس سمے آپ گرو نانک مہاراج کا جیون پڑھتے ہیں تو سکھ ہاتھ جوڑ کے بےنتی کی غریب نائے پاتشاہ مہاراج کوئی سکھ اپدیش دیو تے تین گلا گرو نانک مہاراج نے اپنے سکھ کہیا. سکھ نے نام جپنا ہے سکھ نے دھرم کی کرت کرنی تے ونڈ کے شکر تین گلا گرو نانک نے پہلی بار دنیا سمجھ دیتی نام جپنا کرت کرنی تے ونڈ کے شکر سدھانت ہے گرو نانک مہاراج کا. جس سمے گرو گوبند سنگھ مہاراج جی دنیا چتر لگے نے پھر سکھ نے ہاتھ جوڑ کے بےنتی کی غریب نائے پاتشاہ تسی دنیا چھڑ کے تر کے کوئی اپدیش دے کے جاؤ. دنیا چھڈنے کا پہلے تین گلا گرو نانک نے اپنے سکھوں کہیں تین گلا گرو گوبند سنگھ مہاراج نے سکھوں کہیں. بد قسمت کی قوم دی ہے کہ نہ سی گرو نانک مہاراج کے گلوں پروان کیا تے نہ سی گرو گوبند سنگھ پاتشاہ گلوں پروان کیا. گرو گوبند سنگھ پاتشاہ ٹھیکرا توڑ تو پہلے گل کہی پوجا آکار دی پرچے شبد کا تین گلا گرو نانک مہاراج نے دنیا چھٹنے تو پہلے قوم نے کہی نے تین گلا گرو گوبند سنگھ مہاراج نے کہی پوجا آکار دی پرچے شبد کا درشن خالص کا. کیا کرنا کہ آج اسی دیر تاری منکھوں کی پوجا کرنی شروع کر دیتی ہے گرو گرنتھ صاحب پاتشاہ پوجا کرنی بند کر دیتی ہے. گرو دے اگے ایک ڈالا رکھ کے متھا ٹیک جاتے جس منک نے شادی گرو گرنتھ صاحب مہاراج کے کولوں لئی ہے وہ دے کے 50 ڈالر رکھ کے متھا ٹیک جاتے ہیں. ستگرو گرو گرنتھ صاحب پاتشاہ مجھے سر لڑ رہا ہے گرو گوبند سنگھ مہاراج نے لیکن سپاہ شرشی پوجا چ پی گیا. گرو میرا کرپا کرے سکھ گرو نانک دیا تین گلوں پروان کر جائے تو سکھ گرو گوبند سنگھ پاتشاہ تین گلوں پہ چل سکے. گرو اگے میرے ہاتھ جوڑ کے بےنتی ہے بابا بندہ سنگھ چڑھائی میں بےنتی کروں گا گیانی گرمیش سنگھ جی بہادر کیونکہ اسی تمہوں کوئی چنگی پرماتما دینی چاہتے ہیں میں بہت کچھ کہہ نہیں سکنا میرے وڈے ویر نوں بےنتی کیو بابا بندہ سنگھ چڑھائی دیا تین وار جو اسی گنیا نے میں انہوں دس دیتی نے میرے ساتھی اور ساتھ دے میرے گلے کی خرابی کے کارن لگ بھگ 1.5 مہینہ ہو گئے جو منہ ڈاکٹر نے کہ بیماری میں علاج تو کرا رہا لیکن گرو کے اختیار ہوں ڈاکٹر نے اپنا زور لانا ہوں تندرستی گرو گرنتھ صاحب پاتشاہ نے گرو کے سکھوں کے چرن چ ملتی ہے. ارداس کرنا گلا ٹھیک ہو جائے تو جو آن والی دو ویک میں آپ کے دربار سیوا کر سکا. میری بھولوں کی کھما واحگرو جی کا خالصہ واحگرو جی کا خالصہ واحگرو جی کی فتح. گرو روپ خالصہ جی ساڈے کتے وچ کوئی فرق نہیں کوئی بھی ساڈے چوہ جتھیاں وچ ایک نہ دوسرا کھڑو جائے اسی اتھوں ہی اپنی گل شروع کر سکتے ہاں. تے میں ستگرو جی
جی اگے ارداس کردا ہاں کہ سچے پاتشاہ میرے چھوٹے ویر بھائی بلدیو سنگھ ایم ایس صاحب دے گلے نوں بخشش کرن، یہی دور تے ساڈی ہور کوئی دولت نہیں۔ تو وار شروع کر رہے ہیں، 20 منٹ سما رہ گیا ہے۔ پی کے پون کھنڈے دا میں پی کے پون کھنڈے دا پھر ہوشیار خان بنیا، لوہار کے سیس میں اپنا پھر سردار خان بنیا، میں خونی جام پیندا خان جوانی کھڑکڑا دیئے ربا چو خون ڈلدا ہے جوانی مسکرا دیئے، میں سڑیا پٹھیاں اندر رنگڑی اگیار دی ویکھی ستوں کھوپری لتھی کلی یار دی ویکھی، بیڑا ڈوبیا اپنا پھر ملاحا بنیا، کوا کے کول میں اپنا پھر شاہا بنیا، پتاں دے ہون جے ٹوٹے میں اچھی آ نہیں مردا، سر تے تاج تر دینے او میں پرواہ نہیں کرتا، جس تھا خون ڈل گا ہے اور ہی تھا تود بن دے نے ٹکدا سیس تیار لکھا منصور بن دے نے۔ نشان تے نگارا یہ راجنیتی دا چن ہے، گرو جی نے سنت تو سپاہی بنایا، اتے تہانوں ساریاں بخشش کیتیاں، نشان تے نگارا یہ راج شکتی راج ساتھ دے چن ہے۔ 25 سکھاں نوں نال لے کے گرو جی تو آشیرواد لے کے بابا بندہ سنگھ پنجاب وچ داخل ہویا، نال نال رستے وچ سندا آ رہے سنگھاں کولوں کہ گرو جی نال کی سرکار نے ظلم کیتے نے، کی وعدے تے وعدیاں کیتیاں نے۔ ایک گل یاد رکھیو، گرو جی نے کوئی بھی ایسا کام نہیں کیتا جڑا انہیں دنیا تو یا اپنے خالصے تو لکا کے کیتا ہو۔ جے وہ رنگ دیو نوں ظفر نامے وچ کہہ سکدا تو نہایت فریبی ہے، تیرا نام رنگ دیو تینوں شوبھا نہیں دیندا، تیری مالا مکئی دے دانیاں دے منکیاں نالوں کوئی قیمت نہیں رکھدی، اے تو اک جال بنایا پساون واسطے۔ جے گرو اے گل کہہ سکدا تے رنگ دیو کچھ نہیں کہہ سکدا، کی اودی پاور نہیں؟ او شہنشاہ ہے، ہند دا مالک ہے، او سب کچھ کہہ سکدا، پر کہن دی گنجائش ہی نہیں، او کام ہی نہیں کیتا گرو جی نے جو لوک کے کیتا۔ تو گرو کی ساتھ سنگت جی میرے صاحب دی جو بخشش لے کے جو ہی پنجاب وچ وڑیا، پہلا اس نے آڑ کے سمانا جتھے بڑے بڑے قاتل سن سکھ گرواں دے صاحبزادیاں دے اتے پیر بدھو شاہ دے، پہلا انہاں نے آڑ کے سمانا ماریا جیہدیاں لگ بھگ 22 گڑیاں سن تے 22 نواب اکے واری پالکیاں وچ بیٹھ کے بڑی چڑھتا تے روب نال وہ گزرتے سن۔ پہلا اس شہر وچ وڑیا سمانا ماریا، اس نے نال لگتا ہی گرام ماریا، اس کو تھوڑی دور گرام ہے، گرام ماریا اس تو کے کپوری ماری، ہمارا ماریا، سہارنپور ماریا، سب علاقے نو صاف کر کے جتھوں کے سرہنگ نو مدد کرنی سی سب دے دل تے اپنا سکہ بٹھا دتا۔ لوکے نو لوہے دا بندہ کہندے، زمیندار جانتا ہے لوہے دے سواگے دے گن، لالا جانتا ہے قلم دی شکتی نو جس نال سارے نو مار کے رکھ دیندا ہے، قتل کر دیندا ہے۔ سیانے یہ بھی کہندے نہیں، میں غلط نہیں کہہ رہا، سیانے کہندے نے تلوار دا ماریا بچ جاندا ہے پر قلم دا ماریا نہیں بچدا، یہ گلاں تو بالکل ٹکدیاں تہاڈے سامنے نے۔ سو گرو کی ساتھ سنگت جی سب علاقے نو سوچ کے فتح کر کے بابا بندہ سنگھ بہادر جدوں سرہند والے آ رہے ہیں چٹھی لکھ دتی صبح سرہند، پھر میں کہی سنگھ نے دھوکھا آ رہے ہیں، کون دا بندہ آ رہا ہے؟ گرو دا بندہ آ رہا ہے۔ گرو جی نے بھی کیا سی، بندہ سنگھا تلوار وہی ہے، صرف میان دی بدلی کیتی، میان بدلیا ہے، لوہر وہی ہے، وہی جس نو گرو والوں بخشش ہوئی تے ایڈا ودیا جتھے دار تے جرنیل مڑ قوم نو گھٹ ملیا۔ بابا بندہ سنگھ دی آن دیا خبراں سن کے صوبہ سرحد وزیر خان لاکھے دربار بندے دے آن دیا خبراں ہیرا کیوں دسے
ਕੋਲੋਂ ਢਾਡੀ ਗਵਾਰ ਹੈ ਕੋਈ ਗੀਤ ਨਹੀਂ ਹੈ ਸਰਵਣ ਕਰੋ Oh
پہنچنا ضروری کام ہے. ترجمة نانسي قنقر.
ਰਾਜ ਸਿੰਘ ਜਥੇਦਾਰ ਨੂੰ ਪਹਿਲਾ ਸੂਬੇਦਾਰ ਸਰਹੰਦਾ ਬਣਾ ਕੇ ਖਾਲਸੇ ਰਾਜ ਦੀਆਂ ਨੀਹਾਂ ਟੁੰਗੀਆਂ ਪਤਾਲ ਵਿੱਚ ਲਾ ਦਿੱਤੀਆਂ ਸੀ ਜਥੇਦਾਰ ਨੇ। ਜਿਹੜਾ 30 ਸਾਲ ਜਾਂ 25 ਸਾਲ ਜਾਂ 50 ਸਾਲ ਕੌਮ ਦੀ ਜਥੇਦਾਰੀ ਕਰੇ ਤੇ ਕੁਝ ਵੀ ਨਾ ਲੈ ਕੇ ਦੇਵੇ ਕੌਮ ਨੂੰ, ਕੀ ਫਾਇਦਾ ਹੈ ਉਸ ਬੰਦੇ ਦੀ ਜਥੇਦਾਰੀ। ਸਤਿ ਸਿੰਘ ਜੀ, ਇਹ ਪ੍ਰਸੰਗ ਇਸੇ ਲਈ ਗਾਏ ਜਾਂਦੇ ਨੇ ਸੂਰਿਆਂ ਦੇ ਕਿ ਕਾਇਰਤਾ ਵਿੱਚੋਂ ਭੱਜੇ, ਡਰਪੋਕ ਪੁਣਾ ਭੱਜ ਜਾਏ, ਬੰਦੇ ਦੀ ਅੱਖ ਤੇ ਗਲਤ ਜਾਗ ਪਵੇ, ਉਹਨੂੰ ਆਪਣੇ ਵੱਡਿਆਂ ਵਡੇਰਿਆਂ ਦੀ ਯਾਦ ਆ ਜਾਵੇ। ਇਹਨਾਂ ਦਾ ਮਤਲਬ ਇਹੀ ਹੈ ਜੋ ਢਾਡੀ ਦਰਬਾਰ ਕਰ ਰਹੇ, ਜੋ ਵਾਰਾਂ ਕਰ ਰਹੇ। ਭੁੱਲਾਂ ਚੁੱਕਾਂ ਦੀ ਖਿਮਾ ਸਾਧ ਸਿੰਘ ਜੀ, ਦਿਲ ਤਾਂ ਕਰਦਾ ਹੀ ਨਹੀਂ ਤੁਹਾਡੇ ਦਰਸ਼ਨ ਕਰਕੇ ਹੱਟਣ ਨੂੰ, ਪਰ ਸਮਾਜ ਅੱਜ ਤਾਂ ਨਹੀਂ ਦਿੰਦਾ। ਮੇਰੇ ਛੋਟੇ ਵੀਰ, ਮੇਰੇ ਬਰਖੁਰਦਾਰ ਬੱਚਿਆਂ ਸਮਾਨ ਬੜੇ ਹੀ ਮਿੱਠੇ ਸੁਭਾਅ ਵਾਲੇ ਵੀਰ ਤਰਲੋਕ ਸਿੰਘ ਜੀ, ਮੱਦੀ ਤਰਲੋਚਨ ਸਿੰਘ ਜੀ, ਉਹ ਤੁਹਾਡੀ ਸੇਵਾ ਵਿੱਚ ਮੇਰੇ ਤੋਂ ਬਾਅਦ ਆ ਰਹੇ ਨੇ ਤੇ ਉਹਨਾਂ ਦਾ ਮਜ਼ਮੂਨ ਜੋ ਹੈ ਉਹ ਤੁਹਾਡੀ ਸੇਵਾ ਵਿੱਚ ਰੱਖਣਗੇ। ਹੋਈਆਂ ਭੁੱਲਾਂ ਦੀ ਖਿਮਾ ਕਰਨੀ, ਨਾਲ ਹੀ ਇੱਕ ਬੇਨਤੀ ਹੈ ਪ੍ਰਬੰਧਕ ਸਾਹਿਬਾਨਾਂ ਵੱਲੋਂ ਕਿ ਉਹਨਾਂ ਤੋਂ ਬਾਅਦ ਵੀ ਅੱਧਾ ਘੰਟਾ ਫਿਰ ਉਹਦੇ ਵਿੱਚ ਫਿਰ ਸਾਰੇ ਜਥੇ ਇੱਕ ਇੱਕ ਚੀਜ਼ ਕਹਿਣਗੇ, ਨਾਲ ਉਹਨਾਂ ਦੇ ਗਰੁੱਪ ਫੋਟੋ ਕਰਨਗੇ। ਇਹ ਬੜੀਆਂ ਦੇਣਾ ਹਨ ਤੁਹਾਡੇ ਪ੍ਰਬੰਧਕਾਂ ਦਾ, ਸ਼ੌਕ ਹੈ ਢਾਡੀ ਕਲਾ ਨੂੰ ਜ਼ਿੰਦਾ ਰੱਖਣ ਦਾ। ਸਾਡਾ ਤਾਂ ਪਿਛਲੀ ਜੋ ਬੀਬੀ ਜੀ ਆਈ ਨਾ, ਅਕਾਲ ਤਖ਼ਤ ਤੋਂ ਦੀਵਾਨ ਹੀ ਬੰਦ ਕਰ ਦਿੱਤਾ, ਜਿਹਦੇ ਵਿੱਚ ਸਾਧ ਸਿੰਘ ਜੀ ਹੈਰਾਨੀ ਦੀ ਗੱਲ ਹੈ। ਬੀਬੀ ਨੇ ਆਖਿਆ ਨਹੀਂ ਨਹੀਂ ਢਾਡੀਆਂ ਦਾ ਕੰਮ ਕੋਈ ਨਹੀਂ ਅਕਾਲ ਤਖ਼ਤ ਉੱਤੇ, ਇਹ ਬੰਦ ਕਰ ਦਿੱਤਾ। ਇਹ ਦੇਣ ਹੈ ਮੇਰੇ ਛੋਟੇ ਵੀਰ ਵੀਰ ਬਲਦੇਵ ਸਿੰਘ ਜੀ ਐਮ ਏ ਸਾਹਿਬ ਦੀ। ਇਹਨਾਂ ਨੇ ਕਿਹਾ ਇਹ ਸਾਡਾ ਜੱਦੀ ਹੱਕ ਹੈ, ਗੁਰੂ ਹਰਗੋਬਿੰਦ ਸਾਹਿਬ ਨੇ ਸਾਨੂੰ ਇੱਥੇ ਮਾਰ ਦਿੱਤਾ ਅਤੇ ਮੈਂ ਉਦੋਂ ਇੱਥੇ ਸੀ ਜਦੋਂ ਉਹਨਾਂ ਨੇ ਇਹ ਸਫਲਤਾ ਪ੍ਰਾਪਤ ਕੀਤੀ ਅਤੇ ਅਕਾਲ ਤਖ਼ਤ ਤੇ ਮੁੜ ਕੇ ਢਾਡੀ ਬੋਲਣ ਲੱਗੇ, ਸਾਨੂੰ ਤਾਂ ਘਰੋਂ ਹੀ ਕੱਢ ਦੇਣ ਲੱਗੀ ਸੀ ਬੀਬੀ ਸਾਧ ਸਿੰਘ ਜੀ। ਇਸ ਕਰਕੇ ਹੈਰਾਨ ਹੋ ਜਾਂਦਾ ਹਾਂ ਜਦੋਂ ਇਹੋ ਜਿਹੀਆਂ ਗੱਲਾਂ ਆਉਂਦੀਆਂ ਨੇ, ਜਿਹਨਾਂ ਨੇ ਢਾਡੀਆਂ ਨੂੰ ਜ਼ਿੰਦਾ ਰੱਖਣਾ ਉਹ ਇਹਨਾਂ ਨੂੰ ਮਾਰਨ ਤੇ ਹੋ ਜਾਂਦੇ। ਤੁਸੀਂ ਪੁੱਛੋਗੇ ਕੀ ਗੱਲ, ਇਹਦੀ ਗੱਲ ਵੀ ਦੱਸੋ ਵੀ ਬਿਮਾਰੀ ਕੀ ਆ। ਉਹ ਡਰਦੇ ਹੀ ਢਾਡੀਆਂ ਕੋਲੋਂ, ਡਰਦੇ ਕਿਸੇ ਕੋਲੋਂ, ਨਾ ਤਲਵਾਰ ਕੋਲ ਡਰਨ, ਨਾ ਉਹ ਗੋਲੀ ਤੋਂ ਡਰਨ, ਨਾ ਬਸ਼ਰਮੀ ਤੋਂ ਡਰਨ। ਉਹਨਾਂ ਨੂੰ ਪਤਾ ਵੀ ਜਿੰਨੇ ਲੋਕਾਂ ਦੇ ਸਾਹਮਣੇ ਸਾਨੂੰ ਢੱਡ ਸਰੰਗੇ ਤੇ ਚਾੜਦੇ ਨੇ ਫਿਰ ਬਚ ਨਹੀਂ ਸਕਦਾ। ਇਸ ਕਰਕੇ ਉਹ ਸਾਡੇ ਨੂੰ ਦੂਰ ਰੱਖਣਾ ਚਾਹੁੰਦੇ ਆਪਣੇ ਤੋਂ। ਭੁੱਲਾਂ 'ਚ